बंधन सिमरो अंगद दुख निकंदन अमरदास गुर हृदय त्यामो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शोभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोविंद सिंह विशाला गुरु तेग बहादुर परम केर पाला परम केर पाला श्री गुरु गोविंद सिंह विशाला तरों धरा पर पुन पुन सीसा पुन पुन सीसा बंद हो बार बार जगदीशा जिसमह अमृत ज्ञान है माणक भगत वैराग श्री गुरु ग्रंथ साहिब उदद बंदों करे अनुराग एकंकार सतगुरु तेहे प्रसाद सच होए वाहे गुरु जी की फतेह विघ्न विनाशन सोए तन तन सच्चे पातशाह गरीब नवाज अंतरजामी दीन दुनिया दे मालक चबर शतर तखत दे मालक वड्डी महिमा दे मालक सच्चे पातशाह समूह महिमा दे मालक सच्चे पातशाह दीन दयाल कृपाल अंतरजामी पूर्ण पार ब्रह्म परमेश्वर वाहेगुरु अकाल पुरख स्वरूप सच्चे पातशाह दासा गरीबां दी इज्जत पत रखण वाले सदा ही बख्शेंद सच्चे पातशाह करुणा निदान अंतरजामी राजन के राजा महाराजन के महाराजा चावर शत्र तखत दे मालक सच्चे पातशाह समरथ सतगुरु परतख सतगुरु धन धन सच्चे पातशाह जी महाराज धन धन सतगुरु श्री गुरु ग्रंथ साहिब जी महाराज धन धन श्री गुरु ग्रंथ साहिब जी महाराज बड़े ही प्रेम दे नाल आप जितनी भी संगत सुभाए मानो सतगुरु जी दे पवित्र चरणा दे नाल जुड़े हो
ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਾਜੀ ਨਿਵਾਜੀ ਗੁਰੂ ਜੀ ਦੀ ਖਾਸ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਆਪ ਜੀ ਬੜੇ ਹੀ ਪ੍ਰੇਮ ਦੇ ਨਾਲ ਗੁਰੂ ਸਵਾਰਿਆਂ ਪਾਸੋਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸਿਫਤ ਦਾ ਕੀਰਤਨ, ਉਹਦੇ ਤੋਂ ਪਹਿਲਾਂ ਜੋ ਸ਼ਬਦ ਸੀ ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੈ, ਇਹ ਪਹਿਲਾਂ ਸ਼ਬਦ ਸਰਵਣ ਕੀਤਾ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸਿਫਤ ਕੀਤੀ ਜੀ। ਆਪ ਜੀ ਨੇ ਸ਼ਬਦ ਸਰਵਣ ਕੀਤਾ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰੀ ਹੀ ਉਸਤਤ ਪਰਮੇਸ਼ਰ ਦੀ ਹੈ, ਪਰ ਜਿੱਥੇ ਭੱਟਾਂ ਦੀ ਬਾਣੀ ਹੈ ਉੱਥੇ ਗੁਰੂ ਉਸਤਤੀ ਦੀ ਬਾਣੀ ਹੈ ਜੀ। ਸਤਿਗੁਰਾਂ ਦੀ ਸਿਫਤ ਵਿੱਚ ਬਾਣੀ ਉਚਾਰੀ ਭੱਟਾਂ ਨੇ, ਉਹਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਅਤੇ ਕਈ ਵਾਰੀ ਇਹ ਪੰਕਤੀ ਪੜ੍ਹਦਿਆਂ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਜਿਵੇਂ ਗੁਰੂ ਸਾਹਿਬ ਨੇ ਸਾਰੀ ਦੁਨੀਆਂ ਦੇ ਸੰਕਟ ਆਪਣੇ ਉੱਤੇ ਲਏ ਹੋਣ ਜੀ। ਹਾਂਜੀ, ਪਰ ਜਿਹੜਾ ਗੁਰੂ ਸਾਹਿਬ ਨੇ ਤਾਂ ਸਾਰਿਆਂ ਦੇ ਸੰਕਟ ਲੈ ਲਏ, ਅਤੇ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਨਾਮ ਲਏਗਾ ਉਹਨੂੰ ਸੰਕਟ ਕੋਈ ਨਹੀਂ ਜੀ ਆਏਗਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਆ ਜਿਹੜੇ ਪ੍ਰਸੰਗ ਸੁਣ ਰਹੇ ਹੋ ਇਹ ਠੀਕ ਹੈ, ਸਤਿਗੁਰੂ ਜੀ ਨੂੰ ਸੰਕਟ ਮਹਿਸੂਸ ਕੋਈ ਨਹੀਂ ਹੋ ਰਿਹਾ ਜੀ, ਕਿਉਂ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਨੇ। ਪਰ ਗੁਰਮੁਖੋ, ਆਮ ਬੰਦਿਆਂ ਨੂੰ ਵੇਖ ਕੇ ਸੰਕਟ ਪੈ ਜਾਂਦਾ ਵੀ ਇਹ ਕੀ ਹੋ ਰਿਹਾ ਹੈ। ਵੱਡੇ ਵੱਡੇ ਸਾਈ ਮੀਆਂ ਜੀ ਮੀਰ ਵਰਗੇ ਡੋਲ ਗਏ ਵੇਖ ਕੇ ਵੀ ਇਹ ਕੀ ਬਣ ਗਿਆ ਜੀ। ਹਾਂਜੀ, ਸਤਿਗੁਰੂ ਜੀ ਨੇ ਸੰਕਟ ਲੈ ਕੇ ਆਪਣੇ ਤੇ ਸੰਗਤ ਜੀ, ਜਿਹੜਾ ਗੁਰੂ ਜੀ ਦਾ ਨਾਮ ਲਏਗਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ, ਉਹਦੇ ਸੰਕਟ ਦੂਰ ਹੋ ਜਾਣਗੇ। ਬੜੇ ਪ੍ਰੇਮ ਦੇ ਨਾਲ ਸਾਰੀ ਸੰਗਤ ਆਖੋ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ। ਹਰ ਰੋਜ਼ ਕਥਾ ਤੋਂ ਪਹਿਲਾਂ ਤੁਸੀਂ ਮੰਗਲ ਸੁਣਦੇ ਹੋ ਜੀ, ਅਤੇ ਮੰਗਲ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਵਧੀਆ ਇੱਕ ਗੱਲ ਆਖੀ, ਗੁਰੂ ਅਰਜਨ ਬਿਘਨਨ ਕੇ ਨਾਸ਼ਕ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਿਘਨਾਂ ਦਾ ਨਾਸ਼ ਕਰਨ ਵਾਲੇ, ਬਿਘਨ ਬਿਨਾਸ਼ਨ ਸਭ ਦੁੱਖ ਨਾਸਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਨਾਮ ਲੈਣ ਵਾਲੇ ਬੰਦੇ ਨੂੰ ਸੰਕਟ ਨਹੀਂ ਚ ਆਉਂਦਾ ਜੀ, ਕਿਉਂ ਭੱਟ ਸਾਹਿਬਾਨਾਂ ਦੀ ਅਵਸਥਾ ਬੜੀ ਵੱਡੀ ਹੈ ਜੀ। ਜਿੰਨੀ ਵੱਡੀ ਜਿਹਦੀ ਅਵਸਥਾ ਹੈ ਉਹਨੇ ਓਨੀ ਵੱਡੀ ਗੱਲ ਕਰਨੀ ਜੀ। ਚੁੰਚ ਗਿਆਨੀ ਭਾਵੇਂ ਇਸ ਗੱਲ ਨੂੰ ਸੁਣ ਕੇ ਬੜਾ ਦੁਖੀ ਹੋ ਜਾਏ ਜੀ ਵੀ ਇਹ ਕੀ ਕਹਿਤਾ ਭੱਟਾਂ ਨੇ, ਕਿਉਂ ਉਹਨਾਂ ਦਾ ਕੰਮ ਤਰਕ ਕਰਨਾ ਜੀ। ਹਾਂਜੀ, ਪਰ ਭੱਟਾਂ ਦੀ ਜਿੰਨੀ ਵੱਡੀ ਅਵਸਥਾ ਉਹਨਾਂ ਓਨੀ ਵੱਡੀ ਗੱਲ ਕਰਨੀ। ਭੱਟ ਸਾਹਿਬਾਨਾਂ ਨੇ ਆਖਿਆ, ਲੋਕੋ ਗੁਰੂ ਅਰਜਨ ਦੇਵ ਸਾਹਿਬ ਦਾ ਸਰੀਰ ਮਨੁੱਖਾਂ ਵਾਲਾ ਸਰੀਰ ਨਾ ਸਮਝਿਓ, ਕਹਿਣ ਲੱਗੇ ਉਹ ਤੇ ਖੁਦ ਪਰਮੇਸ਼ਰ ਦਾ ਆਪਣਾ ਸਰੀਰ ਹੈ ਜੀ। ਤੇ ਪਰਮੇਸ਼ਰ ਜੀ ਕੀ ਕਰਦੇ ਜੀ, ਪਰਮੇਸ਼ਰ ਜੀ ਦੁਨੀਆਂ ਦੇ ਸੰਕਟ ਕੱਟਦੇ ਨੇ ਜੀ, ਰੱਬ ਸੰਕਟ ਕੱਟਦਾ ਜੀ। ਹਾਂਜੀ, ਤੇ ਰੱਬ ਦਾ ਰੂਪ ਨੇ ਗੁਰੂ ਅਰਜਨ ਦੇਵ ਸਾਹਿਬ। ਗੁਰੂ ਅਰਜਨ ਸਾਹਿਬ ਨੇ ਦੁਨੀਆਂ ਦੇ ਸੰਕਟ ਆਪਣੇ ਉੱਤੇ ਲੈ ਲਏ ਜੀ। ਹਾਂਜੀ, ਤੇ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਨਾਮ ਲਏਗਾ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ। ਪਹਿਲਾਂ ਸੰਕਟ ਦੀ ਗੱਲ ਕੀਤੀ, ਫਿਰ ਗਰਭ ਜੂਨੀ ਦੀ ਗੱਲ ਕੀਤੀ ਜੀ। ਹਾਂਜੀ, ਫਿਰ ਸੰਕਟ ਜੋਨ ਗਰਭ ਨਾ ਆਇਓ। ਇਸ ਕਰਕੇ ਬੜੇ ਪ੍ਰੇਮ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜੋ, ਪੂਰਨ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖੋ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਸੰਗਤਾਂ ਇਹਨਾਂ ਦਿਨਾਂ ਵਿੱਚ ਹਰ ਰੋਜ਼ ਹੀ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਰਹੀਆਂ ਜੀ, ਤੇ ਸੁਖਮਨੀ ਸਾਹਿਬ ਦੇ ਪਾਠ ਵਿੱਚ ਗੁਰੂ ਅਰਜਨ ਸਾਹਿਬ ਖੁਦ ਕਿਰਪਾ ਕਰਦੇ, ਭਾਈ ਕੱਲ ਤਾਤੀ ਠੰਡਾ ਹਰ ਨਾਉ। ਕਲ ਯੁੱਗ ਬੜਾ ਤੱਤਾ ਹੈ ਜੀ, ਤੱਤਾ ਕਿਵੇਂ ਹੈ, ਇਹ ਤਾਂ ਭਾਵੇਂ ਹੁਣ ਵਿਦੇਸ਼ਾਂ ਵਿੱਚ ਠੰਡ ਦੇ ਦਿਨ ਚੱਲਣ ਦੇ ਜੀ, ਪਰ ਕਲ ਯੁੱਗ ਫਿਰ ਵੀ ਤੱਤਾ ਹੈ। ਕਲ ਯੁੱਗ ਦੇ ਵਿੱਚ ਜੀਵਾਂ ਦੇ ਮਨ ਬੜੇ ਤੱਤੇ ਹੈਗੇ ਜੀ, ਮਨ ਬੜੇ ਗਰਮ ਨੇ, ਮੈਲ ਨਾਲ ਭਰੇ ਪਏ ਨੇ, ਅਤੇ ਬੜੇ ਗਰਮ ਮਨ ਨੇ ਜੀ। ਅਤੇ ਸੱਚੇ ਪਾਤਸ਼ਾਹ ਕਿਰਪਾ ਕਰਦੇ, ਭਾਈ ਕਲ ਯੁੱਗ 'ਤੇ ਬੜਾ ਤੱਤਾ ਹੈ, ਅਤੇ ਤੱਤੇ ਕਲਯੁੱਗ ਦੇ ਵਿੱਚ ਜਿਹੜਾ ਵਾਹਿਗੁਰੂ ਜੀ ਦਾ ਨਾਮ ਲਏਗਾ ਉਹਦਾ ਮਨ ਠੰਡਾ ਹੋਏਗਾ, ਕਹਿਣ ਲੱਗੇ। ਉਹ ਗੱਲ ਗੁਰੂ ਅਰਜਨ ਸਾਹਿਬ ਨੇ ਆਪਣੇ ਸਰੀਰ 'ਤੇ ਹੰਢਾ ਕੇ ਦੱਸੀ,
ਗੁਰਮੁਖੋ ਬਹੁਤ ਸਾਰੇ ਗੁਰਬਾਣੀ ਦੇ ਸ਼ਬਦ ਐਸੇ ਨੇ ਜਿਹਨਾਂ ਜੋ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦੀ ਵਿਆਖਿਆ ਕਰਦੇ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਹੁਤ ਸਾਰੇ ਗੁਰਬਾਣੀ ਦੇ ਸ਼ਬਦ ਐਸੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਪਤਾ ਲੱਗਦਾ ਵੀ ਗੁਰੂ ਸਾਹਿਬ ਦਾ ਜੀਵਨ ਇਹਨਾਂ ਤੇ ਪੂਰਾ ਟੁੱਕਦਾ। ਉਲਾਹ ਨੋ ਮੈਂ ਕਾਹੂ ਨਾ ਦੀਨੋ ਮਨ ਮੀਠ ਤੁਹਾਰੋ ਲੀਨੋ। ਮੈਂ ਮਹਾਰਾਜ ਕਹਿੰਦੇ ਲਾਮਾ ਕਿਸੇ ਨੂੰ ਨੀ ਦਿੱਤਾ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ ਤੇ ਸੰਗਤ ਜੀ ਇੱਥੇ ਤੇ ਮਾੜੀ ਜੀ ਗਰਮੀ ਪੈ ਜੇ ਤੇ ਬੰਦਾ ਲਾਮਾ ਦੇ ਦਿੰਦਾ ਜੀ। ਹਾਂਜੀ ਰੱਬ ਨੂੰ ਲਾਮਾ ਦੇ ਦਿੰਦਾ ਬੰਦਾ ਮਾੜੀ ਜੀ ਗਰਮੀ ਪੈ ਜੇ ਤੇ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਗਰਮੀ ਵਿੱਚ ਕੱਲ ਜਿਹੜਾ ਤੁਸੀਂ ਪ੍ਰਸੰਗ ਸੁਣਿਆ ਕੰਨਾਂ ਨੂੰ ਹੱਥ ਲੱਗਦੇ ਜੀ ਤੇ ਤਾਂ ਵੀ ਲਾਮਾ ਕੋਈ ਨਹੀਂ ਜੀ। ਉਲਾਹ ਨੋ ਮੈਂ ਕਾਹੂ ਨਾ ਦੀਨੋ ਮਨ ਮੀਠ ਤੁਹਾਰੋ ਲੀਨੋ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਨ ਮਿੱਠਾ ਮਨ ਨੇ ਰੱਬ ਦਾ ਪਾਣਾ ਮਿੱਠਾ ਕਰਕੇ ਮੰਨ ਲਿਆ ਜੀ। ਆਪ ਜੀ ਬੜੇ ਪ੍ਰੇਮ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜੋ ਤੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਆਪ ਜੀ ਨੇ ਸਰਵਣ ਕੀਤਾ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਚੰਦੂ ਦੀ ਹਵੇਲੀ ਚ ਟਿਕੇ 2 ਦਿਨ ਹੋ ਗਏ ਜੀ। ਨਾ ਅੰਨ ਤੇ ਨਾ ਜਲ ਜੀ। ਚੰਦੂ ਪਾਪੀ ਆਇਆ ਗੁਰੂ ਸਾਹਿਬ ਨੂੰ ਆਪਣੀਆਂ ਗੱਲਾਂ ਬਣਾ ਰਿਹਾ, ਪੈਸੇ ਮੰਗ ਰਿਹਾ, ਕਈ ਕੁਝ ਕਰ ਰਿਹਾ। ਸੱਚੇ ਪਾਤਸ਼ਾਹ ਨੇ ਜਵਾਬ ਨਹੀਂ ਪਰਤ ਕੇ ਦਿੱਤਾ। ਮਹਾਰਾਜ ਕਹਿੰਦੇ ਭਾਈ ਆਪਾਂ ਇੱਕੋ ਵਾਰ ਜਵਾਬ ਦੇ ਦਿੱਤਾ ਜੀ। ਜਿਹੜੇ ਹੋਸ਼ੇ ਹੁੰਦੇ ਨਾ ਜੀ ਹੋਸ਼ੇ ਉਹ ਜ਼ਿਆਦਾ ਬੋਲਦੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ ਹੋਸ਼ੇ ਬੰਦੇ ਜ਼ਿਆਦਾ ਬੋਲਦੇ, ਜਿਹੜੇ ਪਿਆਰੇ ਉਹ ਘੱਟ ਬੋਲਦੇ ਜੀ। ਬਾਬਾ ਕਬੀਰ ਸਾਹਿਬ ਨੇ ਵੇਖਿਆ ਇੱਕ ਬੀਬੀ ਸਿਰ ਤੇ ਘੜਾ ਲੈ ਕੇ ਜਾ ਰਹੀ ਸੀ ਤੇ ਉਹ ਘੜਾ ਅੱਧਾ ਖਾਲੀ ਸੀਗਾ ਜੀ ਤੇ ਆਵਾਜ਼ ਆਵੇ ਜੀ ਬੜੀ ਜੀ। ਹਾਂਜੀ ਉਹ ਬੀਬੀ ਘੜਾ ਲੈ ਕੇ ਲੰਘੀ ਤੇ ਨਾਲ ਹੀ ਇੱਕ ਹੋਰ ਬੀਬੀ ਲੰਘੀ ਘੜਾ ਲੈ ਕੇ, ਜਿਹੜਾ ਘੜਾ ਪੂਰਾ ਸੀਗਾ ਜੀ, ਭਰਿਆ ਹੋਇਆ ਸੀ ਘੜਾ ਤੇ ਉਹ ਘੜਾ ਐਂ ਸ਼ਾਂਤ ਸੀ, ਆਵਾਜ਼ ਨਹੀਂ ਸੀ ਆਉਂਦੀ ਜੀ। ਤੇ ਜਿਹਨੇ ਸਿੱਖਣਾ ਨਾ ਜੀ ਉਹਨੇ ਇਸੇ ਗੱਲ ਤੋਂ ਹੀ ਸਿੱਖ ਲੈਣਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਿਹਨੇ ਕੁਛ ਸਿੱਖਣਾ ਜੀ ਉਹਨੇ ਇਸੇ ਗੱਲ ਚੋਂ ਸਿੱਖ ਲੈਣਾ। ਬਾਬਾ ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਛੂਛਾ ਘੱਟ ਬੋਲੈ, ਘੱਟ ਦਾ ਅਰਥ ਹੈ ਘੜਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਾਬਾ ਜੀ ਬਾਬਾ ਕਬੀਰ ਸਾਹਿਬ ਜੀ ਉਹ ਕਹਿੰਦੇ ਭਾਈ ਖਾਲੀ ਘੜੇ ਬੋਲਦੇ ਨੇ, ਜਿਹੜੇ ਭਰੇ ਨੇ ਉਹ ਨਹੀਂ ਕੁਝ ਬੋਲਦੇ। ਕਹਿਣ ਲੱਗੇ ਉਹ ਤੇ ਆਪਣੇ ਉਹ ਲੱਭਾ ਲੱਭ ਭਰੇ ਜੀ, ਉਹਨਾਂ 'ਚ ਜਗ੍ਹਾ ਹੀ ਨਹੀਂ ਇੰਨੀ ਹੈਗੀ ਉਹ ਵਾਧੂ ਗੱਲ ਕਰਨ ਦੀ। ਹਾਂਜੀ ਗੁਰੂ ਅਰਜਨ ਸਾਹਿਬ ਕੋ ਸਮਾਂ ਹੀ ਨਹੀਂ ਹੈਗਾ ਚੰਦੂ ਦੀਆਂ ਗੱਲਾਂ ਦਾ ਜਵਾਬ ਦੇਣ ਦਾ, ਉਹ ਤੇ ਰੱਬ ਦੀ ਯਾਦ 'ਚ ਲੀਨ ਨੇ। ਤੇ ਕੱਲ ਆਪ ਜੀ ਨੇ ਸੁਣਿਆ ਆਪਣੀਆਂ ਗੱਲਾਂ ਮਨਵਾਉਣ ਵਾਸਤੇ ਚੰਦੂ ਨੇ ਫਿਰ ਕੀ ਕੀਤਾ, ਆਪਣੇ ਬੰਦਿਆਂ ਨੂੰ ਕਹਿਣ ਲੱਗਾ ਇੰਨਾ ਵੱਡਾ ਦੇਗਾ ਲੈ ਕੇ ਆਓ, ਦੇਗਾ ਦੇਗ ਗੁਰਦੁਆਰਿਆਂ 'ਚ ਦਾਲ ਬਣਦੀ ਤੁਸੀਂ ਦੇਗਾਂ ਵੇਖੀਆਂ ਜੀ ਉਹ। ਗੱਜ ਕੇ ਆਖੋ ਵਾਹਿਗੁਰੂ। ਪੁਰਾਣੇ ਬਜ਼ੁਰਗਾਂ ਤੋਂ ਵੇਖੀਆਂ, ਹੁਣ ਵਾਲੀ ਜਨਰੇਸ਼ਨ ਨੂੰ ਦੇਗ ਦਾ ਨਹੀਂ ਪਤਾ ਹੋਣਾ ਵੀ ਕੀ ਹੈ ਦੇਗ ਦੀ। ਹਾਂਜੀ ਵੱਡਾ ਦੇਗਾ ਲੈ ਕੇ ਆਓ ਕਹਿਣ ਲੱਗਾ, ਜਿਹਦੇ ਵਿੱਚ ਬੰਦਾ ਆਰਾਮ ਨਾਲ ਬਹਿ ਜੇ ਜੀ। ਹਾਂਜੀ ਵੱਡਾ ਦੇਗਾ ਲਿਆਂਦਾ, ਉਹਦੇ ਵਿੱਚ ਫਿਰ ਪਾਣੀ ਪਾਇਆ, ਥੱਲੇ ਲੱਕੜਾਂ ਡਾਹੀਆਂ, ਪਾਣੀ ਪੂਰਾ ਉਬਾਲੇ ਮਾਰਨ ਲੱਗਾ। ਸਤਿਗੁਰੂ ਨੂੰ ਕਹਿਣ ਲੱਗਾ ਅਜੇ ਵੀ ਸਮਾਂ ਮੇਰੀ ਗੱਲ ਮੰਨ ਜੋ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਵਾਬ ਪਹਿਲਾਂ ਦੇ ਚੁੱਕੇ ਹਾਂ। ਕਹਿਣ ਲੱਗੇ ਹਾਂ ਇਹ ਗੱਲ ਮਹਾਰਾਜ ਨੇ ਆਖੀ ਸੀ ਚੰਦੂ, ਜਿਹੜਾ ਪਾਪ ਕਰਦਾ ਉਹਨੂੰ ਦੁੱਖ ਮਿਲਦਾ ਬਾਅਦ ਚੋਂ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਈ ਵਾਰ ਗੁਰਮੁਖੋ ਜਦੋਂ ਬੰਦਾ ਪਾਪ ਕਰਦਾ ਉਦੋਂ ਉਹਨੂੰ ਇਹ ਗੱਲ ਮਹਿਸੂਸ ਨਹੀਂ ਹੁੰਦੀ ਵੀ ਮੈਂ ਪਾਪ ਕਰ ਰਿਹਾ ਜੀ। ਕਈ ਵਾਰੀ ਪਤਾ ਵੀ ਹੁੰਦਾ ਵੀ ਮੇਰੇ ਕੋਲ ਪਾਪ ਹੋ ਰਿਹਾ ਪਰ ਬੰਦਾ ਕਰਦਾ ਜੀ। ਪਰ ਬਹੁਤ ਵਾਰ ਇਹ ਵੇਖਿਆ ਪਾਪ ਕਰਦਿਆਂ ਹੋਇਆਂ ਬੰਦੇ ਨੂੰ ਇਹ ਗੱਲ ਮਹਿਸੂਸ ਹੀ ਨਹੀਂ ਹੁੰਦੀ ਵੀ ਮੈਂ ਪਾਪ ਕਰ ਰਿਹਾ ਜੀ। ਬਸ ਫਲ ਜਦੋਂ ਮਿਲਦਾ ਉਦੋਂ ਪਤਾ ਲੱਗਦਾ ਵੀ ਮੇਰੇ ਕੋਲ ਗਲਤ ਕੰਮ ਹੋ ਗਿਆ, ਮੇਰੇ ਕੋਲ ਪਾਪ ਹੋ ਗਿਆ। ਮਹਾਰਾਜ ਕਹਿੰਦੇ ਚੰਦੂ ਵੇਖ ਲੈ। ਕਹਿਣ ਲੱਗਾ ਮੈਨੂੰ ਗਿਆਨ ਨਾ ਸੁਣਾਓ, ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ ਉੱਠੋ ਤੇ ਇਹਨਾਂ ਨੂੰ ਦੇਗ 'ਚ ਬਿਠਾਓ। ਗੁਰਮੁਖੋ ਸਤਿਗੁਰੂ ਨੇ ਆਖਿਆ ਸਿਪਾਹੀ ਹੱਥ ਕੋਈ ਨਾ ਲਾਏ। ਕਹਿਣ ਲੱਗੇ ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਮਹਾਰਾਜ ਕਹਿੰਦੇ ਸਿਪਾਹੀ ਨਾ ਕੋਈ ਹੱਥ ਲਾਵੇ, ਆਪਾਂ ਆਪੇ ਹੀ ਜਾ ਕੇ ਦੇਗ 'ਚ ਬੈਠ ਜਾਵਾਂਗੇ ਜੀ। ਤੇ ਸੰਗਤ ਜੀ ਹਜ਼ੂਰ ਸੱਚੇ ਪਾਤਸ਼ਾਹ ਉੱਠੇ,
ਤੇ ਹੁਣ ਤੁਹਾਨੂੰ ਪਤਾ ਜਦੋਂ ਦੇਗਾ ਉਬਲਦਾ ਜੀ ਹਾਂਜੀ ਤੇ ਪਹਿਲਾਂ ਥੱਲੇ ਇੱਟਾਂ ਆਉਣਗੀਆਂ ਜੀ ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਚਰਨ ਰੱਖ ਕੇ ਤੇ ਹੁਣ ਮੈਂ ਕੱਲ੍ਹ ਵੀ ਬੇਨਤੀ ਕੀਤੀ ਜਦੋਂ ਉਬਲਦੇ ਪਾਣੀ ਵਿੱਚ ਚਰਨ ਪਾਇਆ ਹੋਏਗਾ ਕੀ ਬਣਿਆ ਹੋਏਗਾ ਜੀ ਹਾਂਜੀ ਇਹ ਗੱਲਾਂ ਕਹਿਣ ਮਾਤਰ ਨਹੀਂ ਹੈਗੀਆਂ ਇਹ ਗੱਲਾਂ ਮਹਿਸੂਸ ਕਰੋ ਜੀ ਸਾਰੇ ਇਹ ਮਹਿਸੂਸ ਕਰਨ ਵਾਲੀਆਂ ਗੱਲਾਂ ਨੇ ਜਦੋਂ ਉਬਲਦੇ ਪਾਣੀ 'ਚ ਮੇਰੇ ਸਤਿਗੁਰੂ ਨੇ ਚਰਨ ਪਾਇਆ ਹੋਏਗਾ ਕੀ ਬਣਿਆ ਹੋਏਗਾ ਜੀ ਹਾਂਜੀ ਮਹਾਰਾਜ ਕਰਦਿਆਂ ਕਰਦਿਆਂ ਸਾਰਾ ਹੀ ਸਰੀਰ ਅੰਦਰ ਲੈ ਗਏ ਅਤੇ ਚੌਂਕੜਾ ਮਾਰ ਕੇ ਬਹਿ ਗਏ ਰੱਜ ਕੇ ਆਖੋ ਵਾਹਿਗੁਰੂ ਜਹ ਬਿਸਾਲਹਿ ਤਹਿ ਬੈਸਾ ਸਵਾਮੀ ਗੱਜ ਕੇ ਆਖੋ ਵਾਹਿਗੁਰੂ ਪਰਮੇਸ਼ਰ ਦਾ ਭਾਣਾ ਕਰਕੇ ਮੰਨਣ ਦੇ ਦਰਬਾਰ ਸਾਹਿਬ ਤਖ਼ਤ 'ਤੇ ਬਿਠਾ ਤਾ ਸੱਤ ਬਚਨ ਤਰਨ ਤਾਰਨ ਬਿਠਾ ਤਾ ਸੱਤ ਬਚਨ ਜਿੱਥੇ ਜਿੱਥੇ ਬਿਠਾਇਆ ਸੱਤ ਬਚਨ ਅੱਜ ਉਬਲਦੀ ਦੇਗ ਆਈ ਤਾਂ ਵੀ ਸੱਤ ਬਚਨ ਜੀ ਭਾਈ ਪੁਰਾਣਾ ਜੀ ਦੇ ਕੋਲੋਂ ਸਿਆ ਨਾ ਗਿਆ ਉੱਠ ਕੇ ਅੱਗੇ ਹੋਏ ਕਹਿਣ ਲੱਗੇ ਸਤਿਗੁਰੂ ਤੁਸੀਂ ਐਂ ਬੈਠੇ ਹੋ ਮੈਨੂੰ ਹੁਕਮ ਕਰੋ ਚੰਦੂ ਕੀ ਚੀਜ਼ ਹੈਗਾ ਆਹ ਫੜਾਂ ਲਾਹੌਰ ਅਤੇ ਆਹ ਫੜਾਂ ਦਿੱਲੀ ਲਾਹੌਰ 'ਚ ਵੀ ਪਾਪੀ ਰਹਿ ਰਿਹਾ ਅਤੇ ਦਿੱਲੀ 'ਚ ਵੀ ਪਾਪੀ ਰਹਿ ਰਿਹਾ ਮਹਾਰਾਜ ਪੂਰੇ ਦੇ ਪੂਰੇ ਸ਼ਹਿਰਾਂ ਨੂੰ ਹੀ ਗਰਕ ਕਰਦੇ ਹਾਂ ਗੱਜ ਕੇ ਆਖੋ ਵਾਹਿਗੁਰੂ ਹੁਣ ਜਿਹਦੇ ਸਿੱਖ ਵਿੱਚ ਇੰਨੀ ਵੱਡੀ ਤਾਕਤ ਹੈ ਉਹ ਗੁਰੂ ਜੀ ਕਿੱਡੇ ਵੱਡੇ ਹੋਣਗੇ ਜੀ ਤੁਸੀਂ ਆਪੇ ਹਿਸਾਬ ਲਾਓ ਜਿਸ ਸਤਿਗੁਰੂ ਜੀ ਦੇ ਸਿੱਖ ਵਿੱਚ ਇੰਨੀ ਤਾਕਤ ਹੈ ਉਹ ਸਤਿਗੁਰੂ ਜੀ ਆਪ ਕਿੰਨੇ ਵੱਡੇ ਹੋਣਗੇ ਜੀ ਤੁਸੀਂ ਆਪੇ ਅੰਦਾਜ਼ਾ ਲਾ ਲਓ ਇਸ ਗੱਲ ਦਾ ਜੀ ਮਹਾਰਾਜ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਮਹਾਰਾਜ ਕਹਿਣ ਲੱਗੇ ਪੁਰਾਣਿਆਂ ਇੰਨੀ ਸ਼ਕਤੀ ਕਿੱਥੋਂ ਆ ਗਈ ਸਤਿਗੁਰੂ ਤੁਹਾਡੀ ਸ਼ਕਤੀ ਤੁਹਾਡੀ ਸੇਵਾ ਕਰਕੇ ਇੰਨੀ ਵੱਡੀ ਸ਼ਕਤੀ ਆਈ ਮਹਾਰਾਜ ਕਹਿੰਦੇ ਪੁਰਾਣਿਆਂ ਚੁੱਪ ਕਰਕੇ ਰੱਬ ਦੀ ਰਜ਼ਾ ਵੇਖੋ ਜੇ ਤੁਹਾਡੇ ਕੋਲ ਸੇਵਾ ਕਰਕੇ ਇੰਨੀ ਸ਼ਕਤੀ ਆ ਗਈ ਜਿਹਦੀ ਸੇਵਾ ਕਰਕੇ ਇੰਨੀ ਤਾਕਤ ਲਈ ਉਸ ਗੁਰੂ ਕੋਲ ਤਾਕਤ ਨਹੀਂ ਹੈਗੀ ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ ਮਹਾਰਾਜ ਕਹਿਣ ਲੱਗੇ ਹੁਕਮ ਵੇਖੋ ਕਹਿਣ ਲੱਗੇ ਅਤੇ ਗੁਰਮੁਖੋ ਤਿੰਨ ਪਹਿਰ ਦਾ ਸਮਾਂ ਬਣਦਾ ਜੀ ਮਾਫ਼ ਕਰਿਓ ਕਦੇ ਪ੍ਰੈਕਟੀਕਲ ਕਰਕੇ ਵੀ ਵੇਖਿਆ ਕਰੋ ਜਿਹਨੇ ਮਹਿਸੂਸ ਕਰਨਾ ਉਹ ਤਾਂ ਪ੍ਰੈਕਟੀਕਲ ਕਰੇਗਾ ਜੀ ਪਾਣੀ ਉਬਾਲੇ ਮਾਰ ਰਿਹਾ ਹੋਵੇ ਬਸ ਉਂਗਲ ਪਾ ਕੇ ਕੱਢਣੀ ਹੈ ਜੀ ਪਤਾ ਲੱਗ ਜਾਂਦਾ ਜੀ ਇੱਕ ਵਾਰ ਬੰਦੇ ਨੂੰ 9 ਘੰਟੇ ਸੱਚੇ ਪਾਤਸ਼ਾਹ ਉਬਲ ਦੀ ਦੇਗ 'ਚ ਬੈਠੇ ਜੀ 9 ਘੰਟੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ 3 ਪਹਿਰ ਦਾ ਸਮਾਂ ਬਣਦਾ 9 ਘੰਟਿਆਂ ਦਾ ਜੀ ਲਗਭਗ ਸੱਚੇ ਪਾਤਸ਼ਾਹ ਅਡੋਲ ਬੈਠੇ ਰਹੇ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਉਹ ਲਾਗੋਂ ਬੋਲੀ ਜਾਵੇ ਸਤਿਗੁਰੂ ਇੱਕੋ ਗੱਲ ਆਖੀ ਜਾਣ ਤੇਰਾ ਕੀਆ ਮੀਠਾ ਲਾਗੈ ਤੇਰਾ ਕੀਆ ਮੀਠਾ ਲਾਗੈ ਤੇਰਾ ਕੀਆ ਮੀਠਾ ਲਾਗੈ ਤੇਰਾ ਕੀਆ ਮੀਠਾ ਲਾਗੈ ਸੱਚੇ ਪਾਤਸ਼ਾਹ ਬੈਠੇ ਮਹਾਰਾਜ ਨੂੰ 9 ਘੰਟਿਆਂ ਮਤਲਬ ਉਹ ਲਾਗੇ ਬੈਠਾ ਬੈਠਾ ਥੱਕ ਗਿਆ ਉਹ ਬਾਹਰ ਬੈਠਾ ਥੱਕ ਗਿਆ ਸਤਿਗੁਰੂ ਦੇਗ 'ਚ ਬੈਠੇ ਨਹੀਂ ਥੱਕੇ ਦੀ ਤੁਸੀਂ ਆਪੇ ਸਾਹਿਬ ਲਾਓ ਫਿਰ ਕਹਿਣ ਲੱਗਾ ਇਹਨਾਂ ਨੂੰ ਬਾਹਰ ਕੱਢੋ ਜਦੋਂ ਗੁਰਮੁਖੋ ਸੱਚੇ ਪਾਤਸ਼ਾਹ ਬਾਹਰ ਆਏ ਅਤੇ ਭਾਈ ਸੰਤੋਖ ਸਿੰਘ ਜੀ ਦੱਸਦੇ ਚਰਨਾਂ 'ਚ ਛਾਲੇ ਪੈ ਚੁੱਕੇ ਸਨ ਜੀ ਸਰੀਰ ਬਾਹਰ ਆਇਆ ਸਰੀਰ 'ਤੇ ਛਾਲੇ ਪੈ ਚੁੱਕੇ ਸਿੱਖ ਇਹ ਹਾਲਤ ਵੇਖ ਨਹੀਂ ਸਕੇ ਜੀ ਸਿੱਖਾਂ ਆਪਣੀ ਗਰਦਨ ਨੀਵੀਂ ਰੱਖੀ ਮਾਲਕ ਸੱਚੇ ਪਾਤਸ਼ਾਹ ਮੁੜ ਆਪਣੀ ਥਾਂ 'ਤੇ ਜਾ ਕੇ ਬਹਿ ਗਏ ਪਾਪੀ ਘਰ ਚਲ ਗਿਆ ਜੀ ਹਾਂਜੀ ਹੁਣ ਇਹਦੇ ਤੋਂ ਅੱਗੇ ਪ੍ਰਸੰਗ ਸੁਣੋ ਰਾਤ ਆਈ ਕਹਿਣਾ ਬੜਾ ਸੌਖਾ ਗੁਰਮੁਖੋ ਮੈਨੂੰ ਪਤਾ 2 ਕੁ ਦਿਨ ਪਹਿਲਾਂ ਰਾਤ ਪਾਣੀ ਦਾ ਪ੍ਰਬੰਧ ਨਹੀਂ ਮੈਂ ਬੋਤਲ 'ਚ ਪਾਣੀ ਪਾਉਣਾ ਭੁੱਲ ਗਿਆ ਰਾਤ ਕਿਵੇਂ ਕੱਢੀ ਜੀ ਦਿਨ ਚੜ੍ਹਨ ਦਾ ਉਡੀਕ ਸੀ ਵੀ ਸਵੇਰੇ 3:30 ਵਜੇ ਸਿੰਘ ਨੇ ਆਉਣਾ ਤਾਂ ਉਹਨੇ ਪਾਣੀ ਲੈ ਕੇ ਆਉਣਾ ਤਾਂ ਉਹ ਤੋਂ ਪਾਣੀ ਪੀਣਾ ਜੀ ਹਾਂਜੀ ਇਹ ਕਈ ਵਾਰੀ ਮਹਿਸੂਸ ਹੁੰਦਾ ਵੀ ਸ਼ਾਇਦ ਜਿਹੜੀ ਕਥਾ ਕਰਦੇ ਮਹਾਰਾਜ ਹੀ ਦੱਸੀ ਜਾਂਦੇ ਵੀ ਇੱਦਾਂ ਦਾ ਹੁੰਦਾ ਹੀ ਕੰਮ ਸਾਰਾ ਹਾਂਜੀ ਅਤੇ ਸੰਗਤ ਜੀ ਸਾਰੀ ਰਾਤ ਬੈਠੇ ਸੱਚੇ ਪਾਤਸ਼ਾਹ ਹੈ ਸਿੱਖ ਵੀ ਬੈਠੇ ਲੱਗ ਗਏ ਕੋਈ ਗੁਰੂ ਸਾਹਿਬ ਦੇ ਅੰਦਰ ਕੋਈ ਗਿਲਾ ਸ਼ਿਕਵਾ ਨਹੀਂ ਸਿੱਖ ਬੈਰਾਗ ਕਰੀ ਜਾਂਦੇ ਮਹਾਰਾਜ ਦੂਰ ਬੈਠੇ ਸਮਝਾਉਂਦੇ ਵੀ ਸ਼ੁਕਰ ਕਰੀ ਚੱਲੋ ਕਹਿਣ ਲੱਗੇ ਹਾਂਜੀ ਗੁਰਮੁਖੋ ਸਾਰੀਆਂ ਗੱਲਾਂ ਦਾ ਸ਼ੁਕਰ ਕਰਨਾ ਵੀ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਜੀ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਆਪਾਂ ਸੰਸਾਰੀ ਜੀਵ ਹਾਂ ਜੀ ਹਰ ਗੱਲ ਦਾ ਸ਼ੁਕਰ ਕਰਨਾ ਔਖਾ ਹੋ ਜਾਂਦਾ ਬੰਦੇ ਵਾਸਤੇ ਜੀ ਜਿੰਨੀਆਂ ਗੱਲਾਂ ਸਾਰੀਆਂ ਦਾ ਹੀ ਸ਼ੁਕਰ ਕਰੀ ਚੱਲੀਏ ਸਾਡੇ ਵੱਸ ਦੀ ਇਹ ਗੱਲ ਨਹੀਂ ਹੈਗੀ ਆਪਾਂ ਤਾਂ ਉਹਨਾਂ ਗੱਲਾਂ ਦਾ ਸ਼ੁਕਰ ਕਰਦੇ ਜਿਹੜੀਆਂ ਸਾਨੂੰ ਚੰਗੀਆਂ ਲੱਗਦੀਆਂ ਜੀ ਸੱਚੀ ਗੱਲ ਹੈ ਆਪਾਂ ਸਾਰੇ ਸੰਸਾਰੀ ਬੰਦੇ ਹਾਂ ਸਾਡੇ ਘਰਾਂ ਵਿੱਚ
महाराज सुख शांति रखन पर सारिया गलां दा बंदा शुकर नहीं जी करता जी धन गुरु अर्जन साहब शुकर ही शुकर करी जाते ने हुण इहदे तो अगे प्रसंग सरवण करो सारी संगत बड़े प्रेम दे नाल आखो धन गुरु अर्जन देव साहब जी महाराज धन श्री गुरु अर्जन देव साहिब जी महाराज बड़े प्रेम नाल कोई भी रसना वांझी ना रहे जपियो जिन अर्जन देव गुरु फिर संकट जोन गर्भ ना आयो संकट लैके दुनिया के संकट हरे गुरु जी ने जी हाँ जी प्रेम नाल कोई भी रसना वांझी ना रहे जी सारी संगत गज के आखो धन गुरु अर्जन देव साहब जी धन श्री गुरु अर्जन देव साहिब धन श्री गुरु अर्जन देव साहिब जी महाराज धन श्री गुरु अर्जन देव साहिब जी महाराज बड़े प्रेम नाल आखो जी सतनाम श्री वाहे गुरु साहिब फिर आखो जी सतनाम श्री वाहे गुरु साहिब जी सतनाम श्री वाहेगुरु साहिब जी ग्रह चंदू के सुध पई सतगुर को दुख देत करदिया गल वधदिया चंदू जिस गल नू लुकाउणा चाहुंदा सी उह गल लुकी नहीं जी रही जी चंदू चाहुंदा सी भी मेरे घरदिया नू भी इस गल दा पता ना लगे जी हां जी पर जदों लागो धूआ आवे नाल दे घरों जी पता लगे भी की हो रहा उधर जी हाँ जी ते जदों चंदू नू पुछया गया बार बार चंदू नू दसना पिया भी गुरु अर्जन देव जी नू उस घर विच मैं रखिया जी हाँ जी चंदू दे घर खबर पता लग गई की खबर पता लगी भी गुरु अर्जन साहब साढ़े नाल दे घर आके बैठे ने हाँ जी किसे सिख की सुता थी पापी नुखा निकेत चंदू दा एक पुत्र सी जिहदा नां सी रतन चंद जी गज के आखो वाहेगुरु चंदू दा पुत्र सी रतन चंद भाई रतन चंद सी ना जी जिहड़ा चंदू दुष्ट दा पुत्र रतन चंद दा विआह ग्वालियर दे किले दा दरोगा सी हरदास ओदी धी नाल होया सीगा जी गज के आखो वाहेगुरु उस सिख दी धी इस पापी दी नौ सीगी जी हां जी सुन प्रसंग दलकियो तिस रिदा जदों चंदू दी नौ नू पता लगा है गुरु अर्जन देव साहब आए ओनू नहीं सी पता भी तू आ क्यों बाहर आउंदिया करदिया करदिया पता लगा भी गुरु जी नू आया नू ते तीन दिन हो गए ने हां जी ते पता लगा भी ना उन्हें अन्न छकिया ते ना जल छकिया उल्टा मेरे पापी सहुरे ने गुरु अर्जन देव जी नू अज उबलदी देग च बिठाया जी गुरमुखो चंदू दी धी दा हिरदा वाहिगुरु ओदी पापी दी नूह दा हिरदा दलक गया जी दलकन दा भाव हुंदा बंदा सह ही नहीं सकदा जी इस गल नू जदों हिरदा दलकदा ना जी फिर पीड़ उठदी जी एक जी जेड़ी कथा राही बयान नहीं हो सकती थी हां जी मम नहर माने जह सदा फिर वो विचार कर रही भी मेरा पेका घर ते सदा ही इस सतगुरु जी नू मनदा सी इस सतगुरु जी दी पूजा करदा सी मेरा पेका घर हां जी अनेक कामना जांचत पाई ते साडे वड्यां वडेरियां ने कई कामनावां गुरु अर्जन देव साहब कोलों गुरु घरों प्राप्त कीतियां गज के आखो वाहेगुरु ਸਾਡੇ ਵੱਡੇ ਵਡੇਰਿਆਂ ਨੇ ਕਈ ਕਾਮਨਾਵਾਂ ਕਈ ਕੀ ਸੰਗਤ ਜੀ ਸਾਰਾ ਕੁਝ ਜੀ ਉਹ ਵਿਚਾਰ ਅਨਕਦਾਰਥ ਹੁੰਦਾ ਅਨੇਕਾਂ ਹੀ ਜੀ ਅਨੇਕਾਂ ਕਾਮਨਾਵਾਂ ਧੰਨ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਪ੍ਰਾਪਤ ਕੀਤੀਆਂ ਨੇ ਹਾਂਜੀ ਗੁਰ ਗੁਰ ਸਿਮਰਤ ਨਿਤ ਸੁਖਦਾਈ ਤੇ ਮੇਰਾ ਪਿਤਾ ਤੇ ਸਦਾ ਹੀ ਗੁਰੂ ਗੁਰੂ ਨੂੰ ਯਾਦ ਕਰਦਾ ਹਰ ਵਕਤ ਉਹ ਗੁਰੂ ਗੁਰੂ ਹੀ ਜਪਦਾ ਰਹਿੰਦਾ ਹੈ ਆਹ ਕੀ ਬਣ ਗਿਆ ਗੱਜ ਕੇ ਆਖੋ ਵਾਹਿਗੁਰੂ ਜਿਸ ਸਤਿਗੁਰੂ ਜੀ ਦਾ ਨਾਮ ਸੁਣਦੀ ਸੁਣਦੀ ਮੈਂ ਵੱਡੀ ਹੋਈ ਹਾਂ ਕਹਿੰਦੇ ਬਚਪਨ 'ਚ ਇਹਦੀ ਨੌਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸੀਗੇ ਜੀ ਸੰਗਤ ਜੀ 25 ਸਾਲ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਤਾ ਗੱਦੀ 'ਤੇ ਸੱਜੇ ਜੀ 25 ਸਾਲ ਜੀ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਇਹਨੇ ਬਚਪਨ 'ਚ ਕਿਤੇ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਸੀਗੇ ਜੀ ਹਾਂਜੀ ਇਹਨੂੰ ਪਤਾ ਲੱਗਾ ਵੀ ਸੱਚੇ ਪਾਤਸ਼ਾਹ ਤੇ ਨਾਲ ਦੇ ਘਰ ਬੈਠੇ ਨੇ ਹਾਂਜੀ ससुर पात की तेह दुख देत ओने फिर मन च विचार कीती जी ते वेख लो जिदा अंदर सच्चा ओने सच बोल ही देना जी हां जी ओने कह दिता कहन लगी मेरा पापी सौरा
ਗੁਰੂ ਅਰਜਨ ਸਾਹਿਬ ਨੂੰ ਦੁੱਖ ਦੇ ਰਿਹਾ, ਗੱਜ ਕੇ ਆਖੋ ਵਾਹਿਗੁਰੂ। ਹੁਣ ਜਿਹਦੀ ਨੌ ਨੌ ਤੇ ਬੜਾ ਸਤਿਕਾਰ ਕਰਦੀ ਜੀ ਸਹੁਰੇ ਦਾ ਜੀ, ਜਿਹਦੀ ਨੌ ਆਪਣੇ ਸਹੁਰੇ ਨੂੰ ਪਾਪੀ ਕਹਿ ਰਹੀ, ਤੁਸੀਂ ਆਪੇ ਸਮਝ ਲਓ ਜੀ, ਮੇਰਾ ਪਾਪੀ ਸਹੁਰਾ ਮੇਰੇ ਸਤਿਗੁਰੂ ਜੀ ਨੂੰ ਦੁੱਖ ਦੇ ਰਿਹਾ। ਹਾਂਜੀ, ਕੋ ਅਗ ਤੇ ਮੈਂ ਇਹੋ ਨਿਕੇਤ, ਮੇਰੀ ਜ਼ਿੰਦਗੀ ਚ ਮੇਰੇ ਕੋਲੋਂ ਕੋਈ ਪਾਪ ਹੋ ਗਿਆ, ਗੱਜ ਕੇ ਆਖੋ ਵਾਹਿਗੁਰੂ, ਮੇਰੇ ਕੋਲੋਂ ਕੋਈ ਪਾਪ ਹੋ ਗਿਆ ਜਿਹੜਾ ਇਸ ਪਾਪੀ ਦੇ ਘਰ ਦੀ ਨੌ ਮੈਂ ਬਣੀ ਹਾਂ। ਉਹ ਬੀਬੀ ਆਪਣੇ ਮਨ 'ਚ ਵਿਚਾਰ ਕਰਨ ਲਈ, ਮੇਰੇ ਕੋਲੋਂ ਕੋਈ ਪਾਪ ਹੋ ਗਿਆ, ਇਸ ਪਾਪੀ ਦੇ ਘਰ ਨੌ ਬਣ ਕੇ ਮੈਨੂੰ ਆਉਣਾ ਪਿਆ। ਹਾਂਜੀ, ਕਿਤਕ ਦਿਵਸ ਤੇ ਪੀਓ ਨਾ ਪਾਣੀ, ਕਈ ਦਿਨ 10 ਦਿਨ ਹੋ ਗਏ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਜਲ ਨਹੀਂ ਛਕਿਆ, ਮਾੜੀ ਦੀ ਪਾਣੀ ਦੀ ਬੂੰਦ ਨੀ ਛਕੀ ਗੁਰੂ ਸਾਹਿਬ ਨੇ। ਹਾਂਜੀ, ਖਾਏ ਨਾ ਭੋਜਨ ਨਿੰਦਰਾ ਹਾਨੀ, ਤੇ ਨਾ ਭੋਜਨ ਛਕਿਆ ਤੇ ਸੁਣਿਆ ਉਹਨਾਂ ਨੂੰ ਆਰਾਮ ਵੀ ਨੀ ਕਰਨ ਦਿੱਤਾ ਜਾ ਰਿਹਾ। ਸਾਰੀਆਂ ਗੱਲਾਂ ਸੁਣ ਸੁਣ ਕੇ ਵਿਚਾਰ ਵਿਚਾਰ ਕੇ ਚੰਦੂ ਦਿਨੋਂ ਬਹੁਤ ਦੁਖੀ ਹੋ ਰਹੀ ਹੈ, ਬਹੁਤ ਦੁਖੀ ਹੋ ਰਹੀ ਹੈ। ਹਾਂਜੀ, ਤੇ ਇੱਕ ਜੀਵਨ ਇਸ ਘਰ ਮੈਂ ਮੇਰੋ, ਤੇ ਗੱਜ ਕੇ ਆਖੋ ਵਾਹਿਗੁਰੂ। ਉਹਦੀ ਭਾਵਨਾ ਵੇਖੋ, ਉਹਨੂੰ ਬਚਪਨ ਚ ਰੰਗ ਲੱਗਾ ਸੀਗਾ ਜੀ, ਬਚਪਨ ਚ ਗੁਰੂ ਜੀ ਦੇ ਦਰਸ਼ਨ ਕੀਤੇ ਸੀਗੇ। ਤਿਰਕਾਰ ਹੈ ਇਸ ਘਰ ਵਿੱਚ ਮੇਰੇ ਰਹਿਣ ਦਾ, ਤਿਰਕਾਰ ਹੈ ਇਸ ਘਰ ਵਿੱਚ ਜਿਹੜਾ ਮੈਂ ਰਹਿ ਰਹੀ ਹਾਂ। ਹਾਂਜੀ, ਗੁਰ ਕੋ ਦੁੱਖ ਸੁਣ ਥਿਰ ਹੋਵੇ ਮੇਰੋ, ਸਤਿਗੁਰੂ ਜੀ ਦਾ ਦੁੱਖ ਸੁਣਿਆ ਤੇ ਮੈਂ ਅਜੇ ਤੱਕ ਆਪਣੇ ਘਰ ਵਿੱਚ ਬੈਠੀ ਹਾਂ, ਗੱਜ ਕੇ ਆਖੋ ਵਾਹਿਗੁਰੂ। ਪਰ ਹੁਣ ਉਹ ਕਰੇ ਕੀ, ਜਾਣ ਵੀ ਨਹੀਂ ਕੋਈ ਦੇ ਰਿਹਾ ਜੀ। ਤੇ ਫਿਰ ਉਹ ਉਡੀਕਦੀ ਹੈ ਸਮਾਂ ਚੰਦੂ ਦੀ ਨੌ, ਕਿਹੜੇ ਵੇਲੇ ਰਾਤ ਹੋਵੇ, ਮੇਰਾ ਪਾਪੀ ਸਹੁਰਾ ਸੌਂ ਜਾਵੇ ਤੇ ਮੈਂ ਆਪਣੇ ਗੁਰੂ ਜੀ ਦੇ ਦਰਸ਼ਨ ਕਰਾਂ ਜੀ। ਉਹਦੇ ਮਨ 'ਚ ਇਹ ਵਿਚਾਰਾਂ ਵੀ ਕਿਹੜੇ ਵੇਲੇ ਮੇਰਾ ਟੱਬਰ ਪਰਿਵਾਰ ਸੌਵੇਂ ਸਾਰਾ ਤੇ ਮੈਂ ਗੁਰੂ ਜੀ ਦੇ ਦਰਸ਼ਨ ਕਰਾਂ। ਹਾਂਜੀ, ਰਹੇ ਉਹਨਾਂ ਗਏਓ ਮਿਠਾਈ ਘੋਰੀ, ਤੇ ਆਹ ਜਿਹੜਾ ਮਿੱਠਾ ਪਾਣੀ ਚੱਲਿਆ ਇਹ ਕਿਉਂ ਚੱਲਿਆ ਜੀ? ਸਾਡੇ ਵੀਰ ਨਿੰਦਾ ਕਰਨ ਨੂੰ ਤੇ 1 ਮਿੰਟ ਲਾਉਂਦੇ ਜੀ, ਛਬੀਲਾਂ ਨਹੀਂ ਲੱਗਣੀਆਂ ਚਾਹੀਦੀਆਂ ਜੀ, ਖਰਚਾ ਬੜਾ ਹੁੰਦਾ। ਤੇ ਗੁਰਮੁਖੋ, ਜਦੋਂ ਇਹਨਾਂ ਦੇ ਆਪਣੇ ਪਰਿਵਾਰਾਂ ਦੇ ਵਿਆਹ ਹੁੰਦੇ ਉਹ ਖਰਚਾ ਨਹੀਂ ਵੇਖਦਾ ਜੀ, ਤੇ ਗੁਰੂ ਅਰਜਨ ਸਾਹਿਬ ਜੀ ਦੀ ਯਾਦ 'ਚ ਛਬੀਲ ਲੱਗੇ ਤੇ ਖਰਚਾ ਵੇਖ ਜਾਂਦਾ ਜੀ ਇਹਨਾਂ ਨੂੰ। ਗੱਜ ਕੇ ਆਖੋ ਵਾਹਿਗੁਰੂ। ਇਹ ਕਿੱਥੋਂ ਚੱਲੀ ਛਬੀਲ ਜੀ? ਫਿਰ ਕਹਿੰਦੇ, ਫਿਰ ਚੰਦੂ ਦੀ ਨੌਂਹ ਨੇ ਰਾਤੀ ਵਿਚਾਰ ਕੀਤੀ ਵੀ ਕੀ ਛਕਾਵਾਂ, ਜਦੋਂ ਸਾਰਾ ਪਰਿਵਾਰ ਸੌਂ ਗਿਆ ਤੇ ਫਿਰ ਉਹਨੇ ਗੁਰਮੁਖੋ ਪਾਣੀ ਵਿੱਚ ਮਿੱਠਾ ਘੋਲਿਆ ਜੀ। ਹਾਂਜੀ, ਕੁਛ ਭੋਜਨ ਲੈ ਗਮਨੀ ਚੋਰੀ, ਤੇ ਥੋੜਾ ਜਿਹਾ ਭੋਜਨ ਲਿਆ ਜੀ ਉਹਨੇ ਜੀ, ਜਿਹੜਾ ਪਿਆ ਸੀਗਾ ਘਰ ਦਾ ਉਹ ਭੋਜਨ ਲਿਆ ਤੇ ਚੋਰੀ ਘਰੋਂ ਗਈ ਵੀ ਮੈਂ ਆਪਣੇ ਸਤਿਗੁਰੂ ਜੀ ਨੂੰ ਜਲ ਛਕਾਵਾਂ ਤੇ ਪ੍ਰਸ਼ਾਦਾ ਛਕਾਵਾਂ ਜੀ। ਗੱਜ ਕੇ ਆਖੋ ਵਾਹਿਗੁਰੂ, ਮੈਂ ਜਲ ਵੀ ਛਕਾਵਾਂ ਤੇ ਪ੍ਰਸ਼ਾਦਾ ਵੀ ਛਕਾਵਾਂ ਚੋਰੀ। ਤੇ ਦੱਸਦੇ ਨੇ ਉਹਨੂੰ ਪਤਾ ਸੀਗਾ ਜੀ ਵੀ ਮੈਨੂੰ ਗੁਰੂ ਸਾਹਿਬ ਨੂੰ ਮਿਲਣ ਨਹੀਂ ਦੇਣਾ ਜੀ ਇਹਨਾਂ ਨੇ। ਉਹਨੇ ਰਾਤੀ ਫਿਰ ਆਪਣੇ ਗਹਿਣੇ ਵੀ ਨਾਲ ਹੀ ਲਏ ਜੀ ਵੀ ਉਹਨਾਂ ਦੁਸ਼ਟਾਂ ਨੂੰ ਦੇ ਕੇ ਗੁਰੂ ਜੀ ਦੇ ਦਰਸ਼ਨ ਹੋ ਜਾਣਗੇ। ਹਾਂਜੀ, ਪਹੁੰਚੀ ਇਹਠਾਂ ਖਰੇ ਸਿਪਾਹੀ, ਜਦੋਂ ਚੰਦੂ ਦੀ ਨੌਂ ਪਹੁੰਚੀ ਨਾ ਜੀ, ਉਹਨੇ ਗੜਵੀ ਹੋਏਗੀ, ਜੱਗ ਹੋਏਗਾ, ਜੋ ਵੀ ਹੋਏਗਾ, ਹਾਂਜੀ, ਉਹ ਜਿਹੋ ਜਿਹਾ ਵੀ ਭਾਂਡਾ ਸੀ ਉਹਦੇ 'ਚ ਜਲ ਮਿੱਠਾ ਪਾਇਆ ਤੇ ਨਾਲ ਭੋਜਨ ਪ੍ਰਸ਼ਾਦ ਲਿਆ। ਤੇ ਜਦੋਂ ਉਹ ਪਹੁੰਚੀ ਹੈ ਨਾ ਜੀ, ਤੇ ਉਹਨੇ ਵੇਖਿਆ ਵੀ ਅੱਗੇ ਸਿਪਾਹੀ ਖਲੋਤੇ ਵੱਡੇ ਵੱਡੇ ਨੇਜੇ ਲੈ ਕੇ ਜੀ। ਹਾਂਜੀ, ਸੁਖ ਚਿੱਤ ਡਰਤ ਜਾਤ ਨਹਿ ਪਾਹੀ, ਤੇ ਪਹਿਲਾਂ ਤੇ ਸੰਕੋਚ ਕਰੇ ਲਾਗੇ ਨਾ ਜਾਵੇ ਜੀ, ਫਿਰ ਪਹੁੰਚ ਹੀ ਗਈ ਲਾਗੇ ਜੀ। ਹਾਂਜੀ, ਇੱਕ ਹਕਾਰ ਕਰ ਆਪਣੇ ਪਾਸ, ਤੇ ਲਾਗੇ ਜਾ ਕੇ ਇੱਕ ਸਿਪਾਹੀ ਨੂੰ ਆਪਣੇ ਕੋਲ ਬੁਲਾਇਆ। ਗੱਜ ਕੇ ਆਖੋ ਵਾਹਿਗੁਰੂ। ਉਰੋਂ ਦੀਆਂ ਧੀਆਂ ਭੈਣਾਂ, ਹਾਂਜੀ, ਬਹੁਤ ਜੀਵਨ ਵਾਲੀਆਂ, ਮਾਫ਼ ਕਰਿਓ ਸ਼ਬਦ ਵਰਤਣਾ ਪੈ ਰਿਹਾ, ਹਾਂਜੀ, ਬੜਾ ਵਧੀਆ ਅਤੇ ਬੜਾ ਉੱਚਾ ਜੀਵਨ ਜੀ, ਉੱਚਾ ਅਤੇ ਸੁੱਚਾ ਜੀਵਨ ਜੀ, ਇੱਕ ਨੂੰ ਕੋਲ ਬੁਲਾਇਆ ਆਪਣੇ। ਹਾਂਜੀ, ਦੀਨਸ ਜੇਵਰ ਤਿੰਨੇ ਨਿਕਾਸ, ਉਹਨੂੰ ਆਖਿਆ ਵੀ ਮੈਨੂੰ ਅੰਦਰ ਜਾਣ ਦਿਓ, ਮੈਂ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਨੇ ਜਾ ਕੇ। ਗੱਜ ਕੇ ਆਖੋ ਵਾਹਿਗੁਰੂ, ਮੈਨੂੰ ਗੁਰੂ ਜੀ ਦੇ ਦਰਸ਼ਨ ਕਰ ਲੈਣ ਦਿਓ। ਉਹ ਕਹਿੰਦਾ ਅੰਦਰ ਜਾਣ ਦੀ ਕਿਸੇ ਨੂੰ ਵੀ ਆਗਿਆ ਨਹੀਂ ਹੈਗੀ, ਅੰਦਰ ਕੋਈ ਵੀ ਨਹੀਂ ਜਾ ਸਕਦਾ। ਕਹਿਣ ਲੱਗੀ ਤੁਹਾਨੂੰ ਪਤਾ ਮੈਂ ਕੌਣ ਆ? ਉਹ ਕਹਿਣ ਲੱਗੇ ਸਾਨੂੰ ਪਤਾ ਹੈ ਤੂੰ ਸਾਡੇ ਮਾਲਕ ਚੰਦੂ ਸ਼ਾਹ ਦੀ
ਨੌ ਹੈ ਪਰ ਸਾਨੂੰ ਅੰਦਰ ਜਾਣ ਹੁਕਮ ਹੈ ਅੰਦਰ ਕਿਸੇ ਨੂੰ ਜਾਣ ਨਹੀਂ ਦੇਣਾ ਅਤੇ ਗੁਰਮੁਖੋ ਇੱਕ ਕਹਾਵਤ ਹੈ ਮੈਂ ਪਿੱਛੇ ਜੇ ਵੀ ਬੇਨਤੀ ਕੀਤੀ ਸੀ ਤੇਲ ਤਮਾ ਜਾਂ ਕੋ ਮਿਲੇ ਤੁਰਤ ਨਰਮ ਹੋ ਜਾਏ ਜਿਹੜਾ ਲੋਭ ਹੈ ਨਾ ਇਹ ਵੱਡਿਆਂ ਵੱਡਿਆਂ ਨੂੰ ਸੁੱਟ ਦਿੰਦਾ ਥੱਲੇ ਜੀ ਗੱਜ ਕੇ ਆਖੋ ਵਾਹਿਗੁਰੂ ਉਹਨੇ ਫਿਰ ਆਪਣੇ ਜੇਵਰ ਦਿੱਤੇ ਲਓ ਜੇਵਰ ਲੈ ਲਓ ਅਤੇ ਮੈਨੂੰ ਗੁਰੂ ਜੀ ਦੇ ਦਰਸ਼ਨ ਕਰ ਲੈਣ ਦਿਓ ਮੈਂ ਕਹਿੰਦਾ ਕਮਾਲ ਦੀ ਸਿੱਖੀ ਹੋਏਗੀ ਜੀ ਹਾਂਜੀ ਥੋੜ੍ਹੇ ਸਮੇਂ ਵਾਸਤੇ ਗੁਰੂ ਜੀ ਦੇ ਦਰਸ਼ਨ ਅਤੇ ਥੋੜ੍ਹਾ ਜਿਹਾ ਜਲ ਛਕਾਉਣ ਵਾਸਤੇ ਆਪਣੇ ਗਹਿਣੇ ਦੇ ਰਹੀ ਵੀ ਗਹਿਣੇ ਲੈ ਲਓ ਅਤੇ ਮੈਨੂੰ ਗੁਰੂ ਜੀ ਦੇ ਦਰਸ਼ਨ ਕਰ ਲੈਣ ਦਿਓ ਚੰਦੂ ਦੀ ਨੂੰਹ ਕੋਲੋਂ ਪੁੱਛੋ ਗੁਰੂ ਦੇ ਦਰਸ਼ਨ ਕੀ ਹੁੰਦੇ ਨੇ ਜੀ ਗੱਜ ਕੇ ਆਖੋ ਵਾਹਿਗੁਰੂ ਚੰਦੂ ਦੀ ਨੂੰਹ ਧੀ ਕੋਲੋਂ ਨੂੰਹ ਕੋਲੋਂ ਪੁੱਛੋ ਚੰਦੂ ਦੀ ਨੂੰਹ ਕੋਲੋਂ ਵੀ ਕੀ ਹੁੰਦੇ ਨੇ ਗੁਰੂ ਜੀ ਦੇ ਦਰਸ਼ਨ ਤੇ ਕਿੰਨੀ ਵੱਡੀ ਹੈ ਗੁਰੂ ਜੀ ਦੀ ਸੇਵਾ ਜੀ ਹਾਂਜੀ ਰਾਖੋ ਗੁਪਤ ਸੁਣਾਵੋ ਨਾਹੀ ਇਹ ਵੀ ਗੱਲ ਦੱਸੀ ਆ ਜੇਵਰ ਰੱਖ ਲਓ ਹੋਰ ਕਹੋ ਕੇ ਹੋਰ ਲਿਆ ਕੇ ਦੇਵਾਂਗੀ ਪਰ ਇੱਕ ਗੱਲ ਹੈ ਮੇਰੇ ਸਹੁਰੇ ਤੱਕ ਇਹ ਗੱਲ ਨਾ ਪਹੁੰਚੇ ਗੱਜ ਕੇ ਆਖੋ ਵਾਹਿਗੁਰੂ ਸਾਡੇ ਪਰਿਵਾਰ ਵਾਲਿਆਂ ਨੂੰ ਇਹ ਗੱਲ ਨਾ ਦੱਸਿਓ ਮੈਨੂੰ ਆਪਣੇ ਸਤਿਗੁਰੂ ਜੀ ਦੇ ਦਰਸ਼ਨ ਕਰ ਲੈਣ ਦਿਓ ਹਾਂਜੀ ਮੈਂ ਇੱਕ ਬੇਰ ਜਾਉਂ ਗੁਰ ਪਾਹੀ ਮੈਂ ਇੱਕ ਵਾਰ ਗੁਰੂ ਜੀ ਦੇ ਕੋਲ ਚਲੇ ਜਾਵਾਂ ਜੀ ਰਾਤ ਦਾ ਸਮਾਂ ਨੇਰੇ ਨੇਰੇ ਗੱਲਾਂ ਹੋ ਰਹੀਆਂ ਜੀ ਸਾਰੀਆਂ ਹਾਂਜੀ ਧਰੇ ਲੋਭ ਤੂਸ਼ਣ ਹੋਏ ਰਹੇ ਉਹਨਾਂ ਨੂੰ ਲੋਭ ਆ ਗਿਆ ਸਿਪਾਹੀ ਚੁੱਪ ਰਹੇ ਜੀ ਤੇ ਚੰਦੂ ਦੀ ਨੂੰਹ ਨੂੰ ਸਮਾਂ ਮਿਲ ਗਿਆ ਆਪਣੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਦਾ ਜੀ ਹਾਂਜੀ ਜਾਏ ਤੁਰੰਤ ਆਵੋ ਬਚ ਕਹੇ ਪਰ ਉਹਨਾਂ ਜਾਂਦਿਆਂ ਜਾਂਦਿਆਂ ਇੱਕ ਗੱਲ ਕਹਿਤੀ ਕਹਿਣ ਲੱਗੇ ਛੇਤੀ ਛੇਤੀ ਆ ਜੀ ਛੇਤੀ ਛੇਤੀ ਆ ਜੀ ਬਹੁਤਾ ਸਮਾਂ ਨਾ ਲਾਈ ਉੱਥੇ ਹਾਂਜੀ ਚੰਦ ਪਾਤ ਕੀ ਲਖੈ ਨਾ ਜਿਸ ਤੇ ਵੇਖ ਲਓ ਉਹਦੇ ਸਿਪਾਹੀ ਵੀ ਇਹ ਗੱਲ ਕਹਿਣ ਦੇ ਗੱਜ ਕੇ ਆਖੋ ਵਾਹਿਗੁਰੂ ਕਿਤੇ ਕਿਤੇ ਤੇ ਸਿਪਾਹੀਆਂ ਦਾ ਵੀ ਦਿਲ ਡਰਦਾ ਸੀਗਾ ਵੀ ਇਹ ਗਲਤ ਹੋ ਰਿਹਾ ਸਾਰਾ ਕੁਛ ਜੀ ਜੋ ਸਾਡਾ ਮਾਲਕ ਚੰਦੂ ਪਾਪੀ ਕਰ ਰਿਹਾ ਗਲਤ ਕਰ ਰਿਹਾ ਜੀ ਕਹਿਣ ਲੱਗਾ ਵੇਖੇ ਵੇਖੀ ਕਿਤੇ ਚੰਦੂ ਪਾਪੀ ਨਾ ਇਹ ਗੱਲ ਵੇਖ ਲਵੇ ਹਾਂਜੀ ਚੰਦ ਪਾਤ ਕੀ ਲਹਿ ਨਾ ਜਿਸ ਤੇ ਹਾਂਜੀ ਹਮੋ ਨਿਕਾਸ ਹੈ ਨਹਿ ਮਨ ਰਿਸ਼ਤੇ ਇਹ ਨਾ ਹੋਵੇ ਉਹਨੂੰ ਗੁੱਸਾ ਚੜ ਦੇ ਸਾਡਾ ਨਾਲੇ ਉਹ ਨੁਕਸਾਨ ਕਰੇ ਤੇ ਨਾਲੇ ਸਾਨੂੰ ਉਹ ਨੌਕਰੀ ਤੋਂ ਕੱਢ ਦੇਵੇ ਹਾਂਜੀ ਗਈ ਗੁਰ ਢਿੱਗ ਦੇਖਤ ਰੋਈ ਤੇ ਹੱਥ ਜੋੜੋ ਤੇ ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਜਦੋਂ ਚੰਦੂ ਦੀ ਨੂੰਹ ਲੈ ਕੇ ਜਾ ਰਹੀ ਸੀ ਪਹਿਲਾਂ ਤਾਂ ਦਿਉੜੀ 'ਚ ਉਹਨੂੰ ਸਿੱਖਾਂ ਦੇ ਦਰਸ਼ਨ ਹੋਏ ਜੀ ਸਿੱਖ ਵੀ ਸੁੱਤੇ ਨਹੀਂ ਬਸ ਤੌਣਾ ਨੀਵੀਆਂ ਨੇ ਸਾਰੇ ਸਿੱਖ ਬੈਠੇ ਜੀ ਪਹਿਲਾਂ ਸਿੱਖਾਂ ਦੇ ਦਰਸ਼ਨ ਹੋਏ ਪੁੱਛਿਆ ਸਤਿਗੁਰੂ ਜੀ ਕਿੱਥੇ ਨੇ ਇੱਕ ਸਿੱਖ ਨੇ ਕਿਹਾ ਉਹ ਸਾਹਮਣੇ ਅੰਦਰ ਹੈ ਮੈਂ ਕਿਉਂਕਿ ਦੂਰ ਬਿਠਾਇਆ ਸੀ ਗੁਰਮੁਖੋ ਜਦੋਂ ਚੰਦੂ ਦੀ ਧੀ ਦੱਬੇ ਦੱਬੇ ਪੈਰਾਂ ਨਾਲ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰਨ ਗਈ ਵੇਖਿਆ ਤਨ ਅਤੇ ਚੋਲਾ ਨਹੀਂ ਪਾਇਆ ਗੁਰੂ ਜੀ ਨੇ ਜੀ ਹਾਂਜੀ ਅਤੇ ਸੱਚੇ ਪਾਤਸ਼ਾਹ ਜੀ ਦੀ ਸੀਸ 'ਤੇ ਛੋਟਾ ਜਿਹਾ ਦਸਤਾਰਾ ਅਤੇ ਮਹਾਰਾਜ ਜੀ ਦੇ ਸਰੀਰ 'ਤੇ ਛਾਲੇ ਹੋਏ ਹੋਏ ਨੇ ਜੀ ਹਾਂਜੀ ਜਦੋਂ ਚੰਦੂ ਦੀ ਨੂੰਹ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਬਚਪਨ 'ਚ ਦਰਸ਼ਨ ਕੀਤੇ ਹੀ ਜੀ ਉਹਨੇ ਮਹਾਰਾਜ ਤਖ਼ਤ 'ਤੇ ਬੈਠੇ ਸਨ ਚੌਰ ਸਾਹਿਬ ਹੋ ਰਿਹਾ ਸੀ ਪਰ ਅੱਜ ਜਦੋਂ ਉਹਨੇ ਦਰਸ਼ਨ ਕੀਤੇ ਦਰਸ਼ਨ ਕਰਕੇ ਰੋ ਪਈ ਜੀ ਫਿਰ ਜੀ ਉਹ ਮਹਾਰਾਜ ਇਹ ਕਿਹੋ ਜਿਹਾ ਸਮਾਂ ਆ ਗਿਆ ਹਾਂਜੀ ਨਮੋ ਠਾਨ ਕਹਿ ਬਿਨੈ ਭਿਗੋਈ ਹੁਣ ਤੁਸੀਂ ਨਾ ਜੀ ਸੁਰਤਾਂ ਲੈ ਕੇ ਚੱਲੋ ਉਸੇ ਰੂਪ 'ਚ ਗੁਰੂ ਜੀ ਦੇ ਦਰਸ਼ਨ ਕਰੋ ਅਤੇ ਚੰਦੂ ਦੀ ਨੂੰਹ ਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਜੀ ਫਿਰ ਜੀ ਤੁਸੀਂ ਵੀ ਟੇਕੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਸੱਚੀ ਗੱਲ ਹੈ ਪਰ ਕੀਤੀ ਤਾਂ ਸਹੀ ਨਾਲ ਭਿਗੋਈ ਸ਼ਬਦ ਵਰਤਿਆ ਅੰਦਰੋਂ ਪੂਰੀ ਭਿੱਜੀ ਹੋਈ ਮੁੱਖੋਂ ਬੋਲਿਆ ਨਾ ਜਾਵੇ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਐਸੇ ਦਰਸ਼ਨ ਕਰਕੇ ਸਰੀਰ 'ਤੇ ਛਾਲੇ ਹੋਏ ਨੇ ਤੇ ਮਹਾਰਾਜ ਐ ਸ਼ਾਂਤ ਬੈਠੇ ਚਿਹਰੇ ਤੇ ਉਸੇ ਤਰ੍ਹਾਂ ਦਾ ਹੀ ਨੂਰ ਹੈ ਜੀ ਹਾਂਜੀ ਸ਼੍ਰੀ ਸਤਿਗੁਰ ਜੀ ਪੀਜੈ ਪਾਣੀ ਤੇ ਉਹ ਜਿਹੜਾ ਬਰਤਨ ਸੀ ਨਾ ਉਹਨੂੰ ਅੱਗੇ ਕਰਦਿਆਂ ਕਰਦਿਆਂ ਆਖਿਆ ਸੱਚੇ ਪਾਤਸ਼ਾਹ ਸ਼੍ਰੀ ਸਤਿਗੁਰ ਜੀ ਪੀਜੈ ਪਾਣੀ ਮਹਾਰਾਜ ਜਲ ਛਕੋ ਸੱਚੇ ਪਾਤਸ਼ਾਹ ਹਾਂਜੀ ਲਿਹੋ ਆਹਾਰ ਕੋ ਕੀਜੈ ਖਾਣੀ ਤੇ ਮਹਾਰਾਜ ਨਾਲੇ ਜਲ ਛਕੋ ਤੇ ਨਾਲੇ ਪ੍ਰਸ਼ਾਦਾ ਛਕੋ ਗੱਜ ਕੇ ਆਖੋ ਵਾਹਿਗੁਰੂ ਹਾਂਜੀ
ਪਾਪੀ ਕੇ ਸੁੱਤ ਸੋ ਮੈਂ ਵਿਆਹੀ। ਤੇ ਸੱਚੇ ਪਾਤਸ਼ਾਹ ਪੁੱਛਦੇ ਬੀਬਾ ਤੂੰ ਕੌਣ ਆ? ਤੇ ਫਿਰ ਉਹਨੇ ਦੱਸਿਆ ਮਹਾਰਾਜ ਚੰਦੂ ਪਾਪੀ ਦੇ ਪੁੱਤਰ ਨਾਲ ਮੇਰੀ ਸ਼ਾਦੀ ਹੋਈ ਹੈ ਮਹਾਰਾਜ, ਮੈਂ ਇਸ ਪਾਪੀ ਦੀ ਨੌਂ ਆ ਸੱਚੇ ਪਾਤਸ਼ਾਹ। ਹਾਂਜੀ ਹੁਤੀ ਯੋਗਤਾ ਐਸੇ ਨਾਹੀ। ਮਹਾਰਾਜ ਸੱਚੇ ਪਾਤਸ਼ਾਹ ਯੋਗ ਤੇ ਨਹੀਂ ਸੀ ਰਿਸ਼ਤਾ, ਪਰ ਪਤਾ ਨਹੀਂ ਕਿਵੇਂ ਹੋ ਗਿਆ। ਹਾਂਜੀ ਕਰਿਓ ਪਾਪ ਕੋ ਆਗੇ ਆਇਵ। ਵੇਖ ਲੋ ਉਹਨੇ ਮਹਾਰਾਜ ਸਾਹਮਣੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰਾ ਹੀ ਕੋਈ ਕੀਤਾ ਹੋਇਆ ਪਾਪ ਮੇਰੇ ਅੱਗੇ ਆ ਗਿਆ, ਮੈਂ ਇਸ ਪਾਪੀ ਦੀ ਨੌਂ ਬਣ ਗਈ ਆ। ਗੱਜ ਕੇ ਆਖੋ ਵਾਹਿਗੁਰੂ। ਕਿਉਂ ਦੁਸ਼ਟਾਂ ਘਰ ਰਿਸ਼ਤਾ ਜੁੜਨਾ ਵੀ ਹੈ ਤੇ ਮਾੜੀ ਗੱਲ ਹੀ ਹੈ ਨਾ ਜੀ। ਹਾਂਜੀ ਗਲਤ ਬੰਦਿਆਂ ਦੇ ਘਰ ਰਿਸ਼ਤਾ ਜੁੜ ਜਾਣਾ ਹੈ ਤੇ ਮਾੜੀ ਗੱਲ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕੋਈ ਕਰਮ ਕੋਈ ਮਾੜੇ ਕਰਮ ਮੇਰੇ ਜਿਹਦੇ ਕਰਕੇ ਮੇਰਾ ਇਸ ਪਾਪੀ ਦੇ ਘਰ ਰਿਸ਼ਤਾ ਜੁੜ ਗਿਆ। ਹਾਂਜੀ ਜਿਸ ਘਰ ਇਨਕੇ ਸਦਨ ਬਸਾਵੇ। ਹਾਂਜੀ ਤੁਮਰੇ ਸਿੱਖ ਕੀ ਸੁਤਾ ਪਛਾਣੋ। ਵੱਡੇ ਭਾਗ ਇਹ ਸਨ ਮੈਂ ਸਿੱਖ ਦੀ ਧੀਆਂ ਸੱਚੇ ਪਾਤਸ਼ਾਹ। ਗੱਜ ਕੇ ਆਖੋ ਵਾਹਿਗੁਰੂ। ਫਿਰ ਬੇਨਤੀ ਕਰਾਂ ਦਰੋਗਾ ਹਰਦਾਸ ਜੀ ਦੀ ਧੀ ਹੈ ਜੀ, ਜਿਹੜਾ ਗਵਾਲੀਅਰ ਦਾ ਦਰੋਗਾ ਸੀਗਾ ਜੀ। ਹਾਂਜੀ ਮਹਾਰਾਜ ਮੈਂ ਸਿੱਖ ਦੀ ਧੀਆਂ, ਵੱਡੇ ਭਾਗ ਤੇ ਇਹ ਨੇ ਮਾੜੇ ਭਾਗ ਨੇ, ਮੈਂ ਚੰਦੂ ਦੀ ਨੌ ਆ ਸੱਚੇ ਪਾਤਸ਼ਾਹ। ਹਾਂਜੀ ਨਿਜ ਦਾਸਨ ਲੱਗ ਕਰੁਣਾ ਠਾਨੋ। ਤੇ ਮਹਾਰਾਜ ਮੈਨੂੰ ਆਪਣਾ ਦਾਸ ਹੀ ਜਾਣੋ, ਮੈਨੂੰ ਆਪਣੀ ਸੇਵਕ ਜਾਣੋ ਸੱਚੇ ਪਾਤਸ਼ਾਹ, ਮੇਰੇ ਤੇ ਕਿਰਪਾ ਕਰੋ ਦਇਆ ਕਰੋ। ਹਾਂਜੀ ਵੇਖ ਸਤਿਗੁਰ ਸ਼੍ਰੀ ਮੁਖ ਤੇ ਭਾਖਾ। ਤੇ ਹੁਣ ਗੁਰੂ ਅਰਜਨ ਸਾਹਿਬ ਫਿਰ ਬੋਲ ਰਹੇ ਨੇ। ਹਾਂਜੀ ਕੈਸਾ ਸਮਾਂ ਹੋਏਗਾ ਜੀ, ਰਾਤ ਦਾ ਸਮਾਂ ਕੋਈ ਲਾਗੇ ਇੰਨਾ ਚਾਨਣ ਨਹੀਂ, ਅੰਦਰ ਵਾਲੇ ਬਾਹਰ ਵਾਲੇ ਸਿਪਾਹੀਆਂ ਨੇ ਅੰਦਰ ਵਾਲੇ ਸਿਪਾਹੀਆਂ ਨੂੰ ਆਖਿਆ ਵੀ ਕਹਿਣਾ ਕੁਝ ਨਹੀਂ ਜੀ ਇਹਨੂੰ। ਹਾਂਜੀ ਇੱਕ ਪਾਸੇ ਖਲੋਤੇ ਉਹ ਵੀ ਸੁਣ ਰਹੇ ਸਾਰਾ ਕੁਝ। ਹਾਂਜੀ ਤੇ ਗੁਰਮੁਖੋ ਧੰਨ ਗੁਰੂ ਅਰਜਨ ਸਾਹਿਬ ਮੁਖੋਂ ਬੋਲਣ ਲੱਗੇ ਨੇ। ਆਖੋ ਸਾਰੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਹਾਂਜੀ ਸਾਧ ਤੋਹੇ ਅਸ ਭਾਉ ਜੇ ਰਾਖਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸ਼ਾਬਾਸ਼ ਹੈ ਤੈਨੂੰ, ਕਹਿਣ ਲੱਗੇ ਤੂੰ ਇਹੋ ਜਿਹੀ ਸ਼ਰਧਾ ਰੱਖੀ, ਕਹਿਣ ਲੱਗੇ ਸ਼ਾਬਾਸ਼ ਹੈ ਤੈਨੂੰ, ਕਹਿਣ ਲੱਗੇ। ਹਾਂਜੀ ਜੇਕਰ ਚਹੈ ਆਪਣੀ ਕਲਿਆਣਾ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਆਖਿਆ ਵੀ ਜਲ ਤੇ ਨਹੀਂ ਛਕਣਾ, ਕਹਿਣ ਲੱਗੇ ਮਹਾਰਾਜ ਕਹਿੰਦੇ ਅਸੀਂ ਸਰੀਰ ਇਸੇ ਤਰ੍ਹਾਂ ਤਿਆਗ ਦੇਣਾ। ਤੇ ਫਿਰ ਕਹਿੰਦੇ ਨੇ ਚੰਦੂ ਦੀ ਨੌਂਹ ਨੇ ਬੇਨਤੀ ਕੀਤੀ ਮਹਾਰਾਜ ਸੱਚੀ ਗੱਲ ਇਹ ਹੈ ਜਦੋਂ ਦਾ ਮੈਨੂੰ ਪਤਾ ਲੱਗਾ ਵੀ ਮੇਰੇ ਸਹੁਰੇ ਨੇ ਆਹ ਪਾਪ ਕੀਤਾ, ਮਹਾਰਾਜ ਇਸ ਘਰ ਵਿੱਚ ਰਹਿਣ ਦਾ ਜੀ ਨਹੀਂ ਕਰ ਰਿਹਾ, ਮਹਾਰਾਜ ਕੋਈ ਕਿਰਪਾ ਕਰੋ ਇੱਥੋਂ ਸੰਬੰਧ ਟੁੱਟ ਜੇ। ਗੱਜ ਕੇ ਆਖੋ ਵਾਹਿਗੁਰੂ। ਕੋਈ ਇਹੋ ਜਿਹੀ ਕਿਰਪਾ ਕਰੋ ਦਇਆ ਕਰੋ। ਤੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਧੀਏ ਤੂੰ ਸਿੱਖ ਦੀ ਧੀ ਨਹੀਂ ਤੂੰ ਸਾਡੀ ਧੀ ਹੈ, ਕਹਿਣ ਲੱਗੇ ਹੈ ਤੂੰ ਸਾਡੀ ਧੀ ਹੁਣ, ਕਹਿਣ ਲੱਗੇ ਤੇ ਜੇ ਤੂੰ ਆਪਣਾ ਚਾਹੁੰਦੀ ਹੈ ਵੀ ਤੇਰਾ ਕਲਿਆਣ ਹੋ ਜਾਏ। ਹਾਂਜੀ ਸੰਗ ਹਮਾਰੇ ਤਿਆਗੋ ਪ੍ਰਾਣਾ। ਤੇ ਤੂੰ ਘਰ ਚੱਲ ਕੇ ਭਜਨ ਕਰ, ਦੋ ਦਿਨ ਬਾਅਦ ਆਪਾਂ ਸਰੀਰ ਤਿਆਗ ਦੇਣਾ। ਗੱਜ ਕੇ ਆਖੋ ਵਾਹਿਗੁਰੂ। ਧੀਏ ਤੂੰ ਘਰ ਚੱਲ ਕੇ ਭਜਨ ਕਰ, ਦੋ ਦਿਨਾਂ ਬਾਅਦ ਸਰੀਰ ਤਿਆਗ ਦੇਣਾ ਤੇ ਸਾਡੇ ਜਦੋਂ ਖਬਰ ਮਿਲੇਗੀ ਨਾਲ ਤੂੰ ਵੀ ਆਪਣਾ ਸਰੀਰ ਛੱਡ ਦੀ, ਕਹਿਣ ਲੱਗੇ ਸਾਡੇ ਨਾਲ ਹੀ ਜਾਈ। ਵੇਖੋ ਗੁਰਮੁਖੋ ਆਪਾਂ ਇੱਥੋਂ ਤਰਨ ਤਾਰਨ ਤੱਕ ਜਾਣਾ ਹੋਵੇ ਅਸੀਂ ਕਹਿੰਦੇ ਹਾਂ ਵੀ ਰਸਤੇ 'ਚ ਜਿਹਦੇ ਨਾਲ ਸਫ਼ਰ ਕਰਨਾ ਸਾਥੀ ਚੰਗਾ ਮਿਲ ਜੇ ਜੀ, ਬਟਾਊ ਚੰਗਾ ਮਿਲ ਜੇ ਜੀ। ਹਾਂਜੀ ਤੇ ਜਾਂ ਫਿਰ ਤੁਸੀਂ ਆਪੇ ਹਿਸਾਬ ਲਾਓ ਵੀ ਵੱਡਾ ਅਵਸਰ ਕੋਈ ਜਾ ਰਿਹਾ ਹੋਵੇ ਜੀ, ਤੇ ਹੁਣ ਵੱਡੇ ਅਵਸਰ ਵਾਸਤੇ ਰਾਹ ਆਪੇ ਹੀ ਸਾਫ਼ ਹੋ ਜਾਂਦੇ ਇੱਥੇ ਜੀ। ਹਾਂਜੀ ਤੇ ਮੇਰੇ ਅਰਗਾ ਕਹਿੰਦਾ ਵੀ ਆਪਣੀ ਗੱਡੀ ਇਹਦੀ ਗੱਡੀ ਪਿੱਛੇ ਲਾਓ ਜੀ, ਸਾਨੂੰ ਵੀ ਰਸਤਾ ਮਿਲਦਾ ਜਾਏਗਾ। ਸੱਚੇ ਪਾਤਸ਼ਾਹ ਜਦੋਂ ਸੱਚਖੰਡ ਜਾ ਰਹੇ ਹੋਣਗੇ ਪਿੱਛੇ ਪਿੱਛੇ ਚੰਦੂ ਦੀ ਨੌਂਹ ਵੀ ਜਾ ਰਹੀ ਹੋਏਗੀ ਜੀ, ਉਹਨੂੰ ਕਿੰਨੇ ਨਾ ਕਰਨੀ ਸੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਧੀਏ ਜੇ ਆਪਣਾ ਭਲਾ ਚਾਹੁੰਦੀ ਹੈ ਤੇ ਤੂੰ ਵੀ ਸਾਡੇ ਨਾਲ ਹੀ ਸਰੀਰ ਤਿਆਗ ਦੇ, ਕਹਿਣ ਲੱਗੇ ਜਦੋਂ ਖਬਰ ਮਿਲੇਗੀ ਨਾ ਸਰੀਰ ਤਿਆਗ ਦੇਵੀਂ ਆਪਣਾ, ਜਿਸ ਦਿਨ
ਆਪਾਂ ਸ਼ਬੀਲਾਂ ਵਾਲਾ ਦਿਨ ਮਨਾਉਂਦੇ, ਆਪਾਂ ਗੁਰੂ ਜੀ ਦਾ ਸ਼ਹੀਦੀ ਦਿਨ ਮਨਾਉਂਦੇ ਹਾਂ। ਗੁਰਮੁਖੋ, ਉਸ ਦਿਨ ਚੰਦੂ ਦੀ ਨੂੰਹ ਨੇ ਵੀ ਆਪਣਾ ਸਰੀਰ ਤਿਆਗਿਆ ਜੀ, ਦੋਵੇਂ ਕੰਮ ਨਾਲ ਹੀ ਹੋਏ ਜੀ ਉਸ ਦਿਨ। ਹਾਂਜੀ, ਜਰਾ ਉਖੇਰ ਹੈ ਚੰਦੂ ਕੇਰੀ, ਕਿਉਂ ਪਿੱਛੋਂ ਸਾਡੇ ਸਿੱਖਾਂ ਨੇ ਚੰਦੂ ਦੇ ਪਰਿਵਾਰ ਦੀਆਂ ਜੜ੍ਹਾਂ ਪੁੱਟ ਦੇਣੀਆਂ ਕਹਿਣ ਲੱਗੇ। ਹਾਂਜੀ, ਮਰਨ ਜਬ ਦੋਜ਼ਖ ਮੈਂ ਗੇਰੀ, ਇਹਦੇ ਸਾਰੇ ਹੀ ਪਰਿਵਾਰ ਨੇ ਮਰ ਕੇ ਨਰਕਾਂ ਵਿੱਚ ਸੜਨਾ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ, ਤੇ ਤੈਨੂੰ ਨੀ ਸੜਨ ਦਿਆਂਗੇ ਕਹਿਣ ਲੱਗੇ। ਮਹਾਰਾਜ ਵੇਖੋ, ਧੰਨ ਨੇ ਨਾ ਸੱਚੇ ਪਾਤਸ਼ਾਹ, ਆਖੋ ਸਾਰੇ ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਮਹਾਰਾਜ ਕਹਿਣ ਲੱਗੇ, ਧੀਏ ਤੈਨੂੰ ਨਹੀਂ ਨਰਕਾਂ 'ਚ ਜਾਣ ਦਿਆਂਗੇ ਕਹਿਣ ਲੱਗੇ, ਇਹਦੇ ਪਰਿਵਾਰ ਨੇ ਨਰਕਾਂ 'ਚ ਜਾਣਾ ਸਾਰੇ ਨੇ। ਹਾਂਜੀ, ਇਹਾਂ ਹਮਾਰੋ ਪਲਟਾ ਲੈ ਕੇ, ਹਾਂਜੀ, ਹੁਤ ਹੈ ਕੁਮੌਤ ਮਹਾਂ ਦੁੱਖ ਦੇ ਕੇ, ਦੁੱਖ ਤਾਂ ਇਹਨੂੰ ਇੱਥੇ ਵੀ ਬੜਾ ਮਿਲਣਾ ਕਹਿਣ ਲੱਗੇ। ਜਦੋਂ ਪਲਟਾ ਲੈਣਾ, ਬਦਲਾ ਲੈਣਾ ਸਿੱਖਾਂ, ਦੁੱਖ ਇਹਨੂੰ ਇੱਥੇ ਵੀ ਬੜਾ ਮਿਲਣਾ, ਅਤੇ ਕਹਿਣ ਲੱਗੇ ਮਰਨ ਤੋਂ ਬਾਅਦ ਵੀ ਇਹਨੂੰ ਬੜਾ ਦੁੱਖ ਮਿਲਣਾ, ਇਹਦੇ ਪਰਿਵਾਰ ਨੂੰ ਵੀ ਵਿੱਚੇ ਹੀ। ਹਾਂਜੀ, ਸਕਲ ਸਦਨ ਇਸ ਹੋਏ ਖਰਾਬੀ, ਹਾਂਜੀ, ਥਿਰੇ ਨਾ ਕਿਮ ਇਮ ਬਣੇ ਸ਼ਤਾਬੀ, ਇਹ ਇਹੋ ਹੀ ਲਿਖਿਆ ਬਦਾਤੇ ਨੇ ਕਹਿਣ ਲੱਗੇ, ਇਹਦੇ ਸਾਰੇ ਪਰਿਵਾਰ ਨੇ ਖਰਾਬ ਹੋਣਾ ਸਾਡੇ ਪਿੱਛੋਂ। ਹਾਂਜੀ, ਅਖਲ ਕੁਟੰਬ ਅਲੰਬ ਬਹੀਨੇ, ਰੋਦਰ ਮਹਿ ਮਹਾਂ ਦੁੱਖ ਲੀਨੇ, ਮਹਾਰਾਜ ਕਹਿਣ ਲੱਗੇ ਇਹਦੇ ਕੁਟੰਬ ਨੂੰ ਕਿਸੇ ਨੇ ਆਸਰਾ ਨਹੀਂ ਦੇਣਾ। ਗੱਜ ਕੇ ਆਖੋ ਵਾਹਿਗੁਰੂ, ਤੇ ਗੁਰਮੁਖੋ ਦਿੱਤਾ ਵੀ ਕਿਸੇ ਨੇ ਨਹੀਂ। ਚੰਦੂ ਦੀ ਘਰ ਵਾਲੀ ਫਿਰ ਮੰਗਣ ਤੇ ਮਜਬੂਰ ਹੋ ਗਈ ਸੀ ਕਿ ਜੀ ਪੁੱਤਰ ਨੇ ਛੇਵੇਂ ਪਾਤਸ਼ਾਹ ਨਾਲ ਜੰਗ ਕੀਤੀ, ਪੁੱਤਰ ਨੂੰ ਗੁਰੂ ਸਾਹਿਬ ਨੇ ਮਾਰਿਆ ਸੀਗਾ ਜੀ, ਕਥਾ ਤੁਸੀਂ ਸੁਣੀ ਪਿੱਛੇ ਜੇ ਸਾਰੀ। ਹਾਂਜੀ, ਮਹਾਰਾਜ ਕਹਿਣ ਲੱਗੇ, ਇਹਦੇ ਪਰਿਵਾਰ ਨੂੰ ਬੜਾ ਹੀ ਦੁੱਖ ਮਿਲਣਾ, ਧੀਏ ਤੂੰ ਸਾਡੇ ਨਾਲ ਹੀ ਸਰੀਰ ਤਿਆਗ ਦੀ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ, ਆਪਣੇ ਸੇਵਕ ਕੀ ਆਪੇ ਰੱਖ, ਰੱਖੀ ਨਾ ਮਹਾਰਾਜ ਨੇ। ਮਹਾਰਾਜ ਨੇ ਕਿਹਾ ਤੂੰ ਸਾਡੀ ਸੇਵਕ ਹੈ, ਸਾਡੀ ਧੀ ਹੈ, ਤੇਰੀ ਨਾਲ ਹੀ ਰੱਖਣੀ ਕਹਿਣ ਲੱਗੇ। ਆਪਣੇ ਸੇਵਕ ਕੀ ਆਪੇ ਰੱਖੈ, 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 ਥੋੜਾ ਜਿਹਾ ਗੱਜ ਕੇ ਆਖੋ, ਆਪਣੇ ਸੇਵਕ ਕੀ ਆਪੇ ਰੱਖੈ, 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 ਆਪਣੇ ਸੇਵਕ ਕੀ ਆਪੇ ਨਾਮ ਜਪਾਵੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਨਾਲ ਹੀ ਜਾਈ ਸਾਡੇ। ਹਾਂਜੀ, ਰਾਖੋ ਗੋਪ ਬਤਾਵੋ ਕਾਹੇ ਨਾ, ਗੱਲ ਰੱਖਣੀ ਗੁਪਤ ਹੈ ਕਹਿਣ ਲੱਗੇ। ਕੁਰਬਾਨ ਵੇਖੋ, ਧੰਨ ਨੇ ਭਾਈ ਸੰਤੋਖ ਸਿੰਘ ਜੀ, ਹਾਂਜੀ, ਜਿਹਨਾਂ ਗੁਪਤ ਗੱਲਾਂ ਵੀ ਮਹਾਰਾਜ ਨੇ ਜਿਹਨਾਂ ਨੂੰ ਜਣਾਈਆਂ ਜੀ, ਤੇ ਉਹਨਾਂ ਲਿਖੀਆਂ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਗੱਲ ਰੱਖਣੀ ਤੂੰ ਗੁਪਤ ਹੈ ਕਹਿਣ ਲੱਗੇ। ਹਾਂਜੀ, ਤੇ ਮਹਾਰਾਜ ਕਹਿਣ ਲੱਗੇ ਗੱਲ ਗੁਪਤ ਰੱਖੀ, ਇਹਨਾਂ ਨੂੰ ਤੇ ਬੜੇ ਸੰਕਟ ਆਉਣੇ, ਪਰ ਕਹਿਣ ਲੱਗੇ ਤੈਨੂੰ ਇੱਕ ਵੀ ਸੰਕਟ ਨਹੀਂ ਆਏਗਾ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਮਹਾਰਾਜ ਕਹਿਣ ਲੱਗੇ ਤੈਨੂੰ ਇੱਕ ਵੀ ਸੰਕਟ ਨਹੀਂ ਆਏਗਾ। ਹਾਂਜੀ, ਖਾਨ ਪਾਨ ਇਸਕੋ ਘਰ ਕੇਰਾ, ਬਾਕੀ ਧੀਏ ਤੂੰ ਜਲ ਲੈ ਕੇ ਆਈ ਹੈ, ਪ੍ਰਸ਼ਾਦਾ ਲੈ ਕੇ ਆਈ ਹੈ, ਸੇਵਾ ਤੇਰੀ ਪ੍ਰਵਾਨ ਹੈ ਕਹਿਣ ਲੱਗੇ, ਸੇਵਾ ਤੇਰੀ ਪ੍ਰਵਾਨ ਹੈ, ਪਰ ਆਪਾਂ ਬਚਨ ਕੀਤਾ ਹੈ ਇਸ ਪਾਪੀ ਦੇ ਘਰ ਦਾ ਨਾ ਅੰਨ ਛਕਣਾ ਨਾ ਜਲ ਛਕਣਾ ਜੀ, ਬੜਾ ਮਾੜਾ ਪ੍ਰਭਾਵ ਚੇ, ਗਲਤ ਘਰੋਂ ਪ੍ਰਸ਼ਾਦਾ ਛਕ ਲਓ, ਬੜਾ ਮਾੜਾ ਪ੍ਰਭਾਵ ਪੈਂਦਾ ਜੀ। ਹਾਂਜੀ, ਹਮ ਨਹਿ ਕਰੇ ਜਾਓ ਲੈ ਫੇਰਾ, ਹਮ ਨਹਿ ਕਰੇ ਅਸੀਂ ਨਹੀਂ ਛਕ ਸਕਦੇ ਕਹਿਣ ਲੱਗੇ, ਤੁਸੀਂ ਜਾਓ ਕਹਿਣ ਲੱਗੇ, ਸੇਵਾ ਪ੍ਰਵਾਨ ਹੈ ਤੇਰੀ, ਪਰ ਆਪਾਂ ਪ੍ਰਣ ਕੀਤਾ ਹੈ
ਪਾਪੀ ਦੇ ਘਰ ਦਾ ਨਾ ਅੰਨ ਛਕਣਾ ਹੈ ਨਾ ਜਲ ਛਕਣਾ ਹੈ। ਹਾਂਜੀ ਸੁਣ ਸਤਿਗੁਰ ਤੇ ਸਗਰੀ ਬਾਤ। ਹਾਂਜੀ ਆਛੋ ਲਖਿਓ ਪ੍ਰਾਨ ਕੇ ਘਾਤ। ਗੁਰਮੁਖੋ ਸੁਣ ਸਤਿਗੁਰ ਤੇ ਸਗਰੀ ਬਾਤ। ਜਦੋਂ ਗੁਰੂ ਅਰਜਨ ਸਾਹਿਬ ਜੀ ਤੋਂ ਸਾਰਾ ਬਚਨ ਸੁਣਿਆ ਤੇ ਚੰਦੂ ਦੀ ਨੌਂ, ਵੇਖੋ ਕਹਿਣਾ ਤੇ ਉਹਦੀ ਨੌਂ ਹੀ ਪੈ ਰਿਹਾ, ਪਰ ਉਸ ਭਾਗਾਂ ਵਾਲੀ ਨੇ ਆਪਣਾ ਸਰੀਰ ਛੱਡਣਾ ਕਿਤੇ ਵਧੀਆ ਸਮਝਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਇਹਦੇ ਘਰ ਵਿੱਚ ਰਹਿਣ ਤੋਂ ਚੰਗਾ ਆਪਣਾ ਸਰੀਰ ਤਿਆਗਣਾ ਕਿਤੇ ਚੰਗਾ ਸਮਝਿਆ ਜੀ। ਹਾਂਜੀ ਕਹਿਤ ਆਪਣੇ ਸੰਗ ਮਿਲਾਵੋ। ਬਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਨੂੰ ਆਪਣੇ ਨਾਲ ਮਿਲਾ ਲਿਓ। ਹਾਂਜੀ ਕਰੋ ਕਿਰਪਾਲੇ ਸੰਗ ਸਿਧਾਵੋ। ਕਿਰਪਾ ਕਰਿਓ ਦਇਆ ਕਰਿਓ ਫਿਰ ਨਾਲ ਹੀ ਲੈ ਕੇ ਜਾਇਓ ਸੱਚੇ ਪਾਤਸ਼ਾਹ। ਗੱਜ ਕੇ ਆਖੋ ਵਾਹਿਗੁਰੂ, ਕਿਉਂਕਿ ਬਚਨ ਕੀਤਾ ਗੁਰੂ ਜੀ ਨੇ। ਹਾਂਜੀ ਹਰ ਇੱਕ ਵਿੱਚ ਤੇ ਇੰਨੀ ਤਾਕਤ ਨਹੀਂ ਵੀ ਆਪੇ ਸਰੀਰ ਤਿਆਗ ਦੇ ਜੀ। ਉਹ ਇਹ ਤੇ ਗੁਰੂ ਸਾਹਿਬ ਨੇ ਕਿਰਪਾ ਕਰਨੀ ਸੀਗੀ ਜੀ ਤੇ ਉਹਦਾ ਸਰੀਰ ਤਿਆਗਿਆ ਜਾਣਾ ਸੀਗਾ ਜੀ। ਹਾਂਜੀ ਤੇ ਮਹਾਰਾਜ ਕਿਰਪਾ ਤੇ ਤੁਸੀਂ ਕਰਨੀ ਹੈ ਤੇ ਕਿਰਪਾ ਕਰੋ ਦਇਆ ਕਰੋ ਫਿਰ ਸਰੀਰ ਛੁੱਟ ਵੀ ਜਾਏ, ਐਸੀ ਕਿਰਪਾ ਕਰਿਓ ਆਪਣੇ ਨਾਲ ਹੀ ਲੈ ਕੇ ਜਾਇਓ। ਜ ਸੱਚਖੰਡ ਦੇ ਸਫ਼ਰ ਤੇ ਜਾਣਾ ਗੁਰੂ ਅਰਜਨ ਸਾਹਿਬ ਨਾਲ ਹੋਣਗੇ, ਕਿੱਡੇ ਭਾਗਾਂ ਵਾਲੀ ਹੈ ਜੀ ਇਹ। ਹਾਂਜੀ ਅੰਗੀਕਾਰ ਨਾ ਗੁਰ ਕੁਛ ਕੀਨੋ। ਗੁਰੂ ਸਾਹਿਬ ਨੇ ਨਾ ਆਨੀ ਛਕਿਆ ਤੇ ਨਾ ਜਲ ਛਕਿਆ। ਹਾਂਜੀ ਹਟ ਗਮਨੀ ਮਰ ਬੋ ਨਿਜ ਚੀਨੋ। ਆਪਣੀ ਮ੍ਰਿਤਯੂ ਦਾ ਸਮਾਂ ਨੇੜੇ ਜਾਣ ਕੇ ਚੰਦੂ ਦੀ ਨੂੰ ਵਾਪਸ ਘਰ ਆਉਣ ਵਾਸਤੇ ਤਿਆਰ ਹੋ ਗਈ ਤੇ ਗੁਰੂ ਸਾਹਿਬ ਨੇ ਕਿਹਾ ਸੀ ਹੁਣ ਤੂੰ ਭਜਨ ਕਰ ਜਾ ਕੇ। ਗੱਜ ਕੇ ਆਖੋ ਵਾਹਿਗੁਰੂ, ਭਜਨ ਕਰ ਨਾਮ ਜਪ ਤੂੰ ਤੇ ਬਸ ਵਾਹਿਗੁਰੂ 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 ਜਪ ਦੀ ਗੁਪਤ ਗੱਲ ਨੂੰ ਰੱਖਿਆ ਹਿਰਦੇ ਚ ਤੁਰ ਪਈ ਜੀ। ਹਾਂਜੀ ਅਧਿਕ ਦੁਖੀ ਹੋਏ ਪਰ ਵਿਚਾਰੀ। ਹਾਂਜੀ ਬਸ ਨਾ ਬਸੈ ਹੋਏ ਲਾਚਾਰੀ। ਲਾਚਾਰ ਹੈ ਬਸ ਕੋਈ ਨੀ ਚੱਲਦਾ, ਚਾਹੁਣ ਨੂੰ ਤੈ ਵੀ ਹੁਣੇ ਸਤਿਗੁਰਾਂ ਨੂੰ ਲੈ ਜਾਵਾਂ ਵਧੀਆ ਥਾਂ ਤੇ, ਹੁਣੇ ਵਧੀਆ ਤਖ਼ਤ ਤੇ ਬਿਠਾ ਦਿਆਂ, ਪਰ ਲਾਚਾਰ ਹੈ ਬਸ ਕੋਈ ਨਹੀਂ ਇਹਦੇ। ਹਾਂਜੀ ਬੀਤ ਜਾਮਨੀ ਸੋ ਤਬ ਗਈ। ਗੁਰਮੁਖੋ ਉਹ ਰਾਤ ਵੀ ਬਤੀਤ ਹੋ ਗਈ। ਹਾਂਜੀ ਬੈਠੇ ਗੁਰ ਪ੍ਰਭਾਤ ਤਬ ਭਈ। ਸੱਚੇ ਪਾਤਸ਼ਾਹ ਬੈਠ ਗਏ, ਪ੍ਰਭਾਤ ਹੋ ਗਈ ਜੀ ਪ੍ਰਭਾਤ। ਹਾਂਜੀ ਇਹ ਅੱਜ ਵਾਲਾ ਦਿਨ ਚੜਿਆ ਜੀ। ਹਾਂਜੀ ਚੰਦੂ ਦੁਸ਼ਟ ਵਿਚਾਰਤ ਮਨ ਮੈਂ। ਹਾਂਜੀ ਅਗਨ ਤਾਪ ਤੇ ਪੀਰ ਨਾ ਤਨ ਮੈਂ। ਚੰਦੂ ਸਵੇਰੇ ਉੱਠਿਆ ਨਹਾਉਂਦਾ ਨਹਾਉਂਦਾ ਪਤਾ ਕੀ ਵਿਚਾਰ ਕਰਨ ਦਿਆ, ਜਦੋਂ ਉਹਦੇ ਤਨ ਤੇ ਠੰਡਾ ਪਾਣੀ ਪੈ ਰਿਹਾ। ਗੱਜ ਕੇ ਆਖੋ ਵਾਹਿਗੁਰੂ, ਕਹਿੰਦਾ ਹੱਦ ਹੋ ਗਈ, ਤਪ ਦੇ ਪਾਣੀ ਦਾ ਅਸਰ ਹੀ ਕੋਈ ਨਹੀਂ ਹੋਇਆ ਉਹਨਾਂ ਤੇ। ਉਹ ਆਪਣੇ ਮਨ ਚ ਸੋਚਣ ਦਿਆ, ਕਹਿਣ ਲੱਗਾ ਇੰਨਾ ਤਪਾਉਣ ਦਾ ਯਤਨ ਕੀਤਾ, ਤਿੰਨ ਪਹਿਰ ਤਪ ਦੇ ਪਾਣੀ ਚ ਬਿਠਾ ਰੱਖਿਆ ਤੇ ਤਪ ਦੇ ਪਾਣੀ ਦਾ ਅਸਰ ਹੀ ਕੋਈ ਨੀ ਪਿਆ ਉਹਨਾਂ ਤੇ। ਹਾਂਜੀ ਤਰਾਸ ਪਾਏ ਨਹਿਮਾਨੀ ਬਾਤ ਡਰੇ ਹੀ ਨੀ ਮੇਰੇ ਤੋਂ, ਕਹਿਣ ਲੱਗਾ ਮੇਰੀ ਗੱਲ ਹੀ ਨੀ ਮੰਨੀ ਤੇ ਮੈਂ ਫਿਰ ਬੇਨਤੀ ਕਰਾਂ। ਪੰਜ ਦਿਨ ਚੰਦੂ ਪੂਰਾ ਯਤਨ ਕਰਦਾ ਰਿਹਾ ਵੀ ਗੁਰੂ ਜੀ ਡਰ ਜਾਣ ਜੀ, ਪੰਜ ਦਿਨ ਕਹਿਣ ਲੱਗਾ ਡਰੇ ਨੀ ਮੇਰੇ ਤੋਂ। ਹਾਂਜੀ ਨਹਿ ਜਾਨਤ ਮੇਰੋ ਹੋਏ ਘਾਤ, ਇਹਨਾਂ ਨੇ ਇਹ ਵੀ ਵਿਚਾਰਿਆ ਨੀ ਵੀ ਸਰੀਰ ਵੀ ਜਾ ਸਕਦਾ ਉਹਨਾਂ ਦਾ। ਹਾਂਜੀ ਤਪਤ ਬਾਰ ਕੀ ਲੱਗੇ ਨਾ ਕੋਊ। ਹਾਂਜੀ ਬਾਰੂ ਤਪਤ ਲਗਾਏ ਵਸੋਊ। ਤੇ ਗੁਰਮੁਖੋ ਪਾਪੀ ਦੇ ਮਨ ਨੇ ਹੋਰ ਪਾਪ ਸੋਚਿਆ। ਕੱਜ ਕੇ ਆਖੋ ਵਾਹਿਗੁਰੂ, ਵਿਚਾਰ ਕਰਦਾ ਹੈ ਤਪ ਦੇ ਪਾਣੀ ਨੇ ਅਸਰ ਨੀ ਪਾਇਆ, ਸਰੀਰ ਤੇ ਛਾਲੇ ਹੋ ਗਏ ਨੇ, ਹੁਣ ਅੱਜ ਦਾ ਤਸੀਹਾ ਬਦਲ ਦਿਆਂਗਾ, ਹੁਣ ਅੱਜ ਰੇਤ ਤਪਾਉਣਾ ਹੈ। ਕਹਿਣ ਲੱਗਾ ਇਹ ਇਸ ਤਰ੍ਹਾਂ ਚੱਲੇ ਜੀ ਸਾਰਾ ਕੁਝ, ਅੱਜ ਰੇਤ ਤਪਾਉਣਾ, ਤਪਦੀ ਹੋਈ ਬਾਰੂ ਭਾਵ ਰੇਤ ਉਹਨਾਂ ਦੇ ਸਰੀਰ ਉੱਤੇ ਪਵਾਵਾਂਗਾ, ਆਪੇ ਹੀ ਜਦੋਂ ਛਾਲਿਆਂ 'ਤੇ ਜਾ ਕੇ ਲੱਗੇਗੀ ਉਹਨਾਂ ਨੂੰ ਕਸ਼ਟ ਮਹਿਸੂਸ ਹੋਏਗਾ। ਇਹ ਨਹੀਂ ਪਤਾ ਪਾਪੀਆ ਗੁਰੂ ਅਰਜਨ ਸਾਹਿਬ ਨੂੰ ਕਾਹਦਾ ਕਸ਼ਟ ਹੈ, ਜਿਹੜਾ ਗੁਰੂ ਅਰਜਨ ਸਾਹਿਬ ਦਾ ਨਾਮ ਲਵੇ ਉਹਨੂੰ ਵੀ ਕਸ਼ਟ ਕੋਈ ਨਹੀਂ ਹੁੰਦਾ ਜੀ। ਹਾਂਜੀ ਗੁਰੂ ਅਰਜਨ ਸਾਹਿਬ ਨੂੰ ਕਾਹਦਾ ਕਸ਼ਟ ਹੈ। ਹਾਂਜੀ ਇਮ ਚਿਤਵਤ ਹੀ ਖਾਏ ਆਹਾਰਾ। ਬਸ ਵੇਖ ਲਓ ਪਾਪੀ ਦਾ ਸੁਭਾਅ, ਪਾਪ ਕਰਨਾ ਹੈ ਇਹ ਸੋਚਦਾ ਸੋਚਦਾ ਹੀ ਰੋਟੀ ਖਾ ਰਿਹਾ। ਗੁਰਮੁਖੋ ਪ੍ਰਸ਼ਾਦਾ ਛਕਦਿਆਂ ਜਿਹੋ ਜਿਹਾ ਬੰਦਾ ਵਿਚਾਰ ਕਰ ਰਿਹਾ ਨਾ ਜੀ ਉਹਦਾ ਅਸਰ ਪਏਗਾ ਜੀ, ਪ੍ਰਸ਼ਾਦੇ ਨੇ ਅੰਦਰ ਜਾ ਕੇ ਉਹ ਕੰਮ ਕਰਨਾ। ਪ੍ਰਸ਼ਾਦਾ ਛਕਦਿਆਂ ਛਕਦਿਆਂ ਜੇ ਤੁਸੀਂ ਬਾਣੀ ਸੁਣ ਰਹੇ ਹੋ ਨਾ ਜੀ, ਕੀਰਤਨ ਸੁਣ ਰਹੇ ਹੋ, ਇਹ ਵੀ ਕਿਤੇ ਕਰਕੇ ਵੇਖਿਓ, ਪ੍ਰਸ਼ਾਦਾ ਛਕਦੇ ਛਕਦੇ ਕੀਰਤਨ ਸੁਣਿਓ ਜਾਂ ਗੁਰਬਾਣੀ ਦਾ ਪਾਠ ਸੁਣਿਓ ਜਾਂ ਚੰਗੀ ਵਿਚਾਰ ਸੁਣਿਓ, ਤੁਹਾਡੇ ਅੰਦਰ ਜਾ ਕੇ ਉਹ ਭੋਜਨ ਅੰਮ੍ਰਿਤ ਬਣ ਜਾਏਗਾ ਜੀ।
ਹਾਂਜੀ ਤੇ ਪ੍ਰਸ਼ਾਦਾ ਛਕਦਿਆਂ ਛਕਦਿਆਂ ਸੁਣਨੇ ਗਾਣੇ ਤੇ ਪ੍ਰਸ਼ਾਦਾ ਛਕਦਿਆਂ ਛਕਦਿਆਂ ਸੋਚਣਾ ਮਾੜਾ ਉਹ ਪ੍ਰਸ਼ਾਦਾ ਅੰਦਰ ਜ਼ਹਿਰ ਜਾ ਕੇ ਬਣਦਾ ਜੀ ਉਹਨੇ ਸਾਰਾ ਕੁਝ ਮਾੜਾ ਹੀ ਕਰਨਾ ਜੀ ਅੰਦਰ ਜਾ ਕੇ ਹਾਂਜੀ ਪ੍ਰਸ਼ਾਦਾ ਖਾਂਦਾ ਖਾਂਦਾ ਛਕਦਾ ਛਕਦਾ ਪਾਪੀ ਮਾੜਾ ਹੀ ਸੋਚ ਰਿਹਾ ਜੀ ਹਾਂਜੀ ਆਏ ਪਾਤਕੀ ਵੱਡ ਹਥਿਆਰਾ ਆਇਆ ਪਾਪੀ ਵੱਡਾ ਹਥਿਆਰਾ ਦੁਸ਼ਟ ਚੰਦੂ ਹਾਂਜੀ ਪੌਰ ਵਿਖੇ ਸਿੱਖਣ ਕੋ ਹੇਰਾ ਪਹਿਲਾਂ ਤੇ ਡਿਓੜੀ ਚ ਗੁਰੂ ਕੇ ਸਿੱਖਾਂ ਨੂੰ ਵੇਖਿਆ ਉਹਨੇ ਹਾਂਜੀ ਠੰਡੋ ਹੋਏ ਕਹੇ ਉਹ ਤੇ ਸਵੇਰਾ ਤੇ ਖਲੋ ਗਿਆ ਉੱਥੇ ਜੀ ਤੇ ਪਹਿਲਾਂ ਸਿੱਖਾਂ ਨੂੰ ਇਸ ਤਰ੍ਹਾਂ ਦੇ ਬਚਨ ਕਰਦਾ ਹੈ ਹਾਂਜੀ ਇਹ ਸਿੱਖ ਰੰਕ ਕਹਿਤ ਕਿਆ ਕਾਲੀ ਤੇ ਕੱਲ ਭਾਈ ਪੁਰਾਣਾ ਜੀ ਨੇ ਆਖਿਆ ਸੀ ਨਾ ਮਹਾਰਾਜ ਹੁਕਮ ਕਰੋ ਚੰਦੂ ਕੀ ਚੰਦੂ ਜਿਸ ਸ਼ਹਿਰ ਚ ਰਹਿ ਰਿਹਾ ਸ਼ਹਿਰ ਹੀ ਤਬਾਹ ਕਰਦੇ ਹਾਂ ਹਾਂਜੀ ਚੰਦੂ ਕੀ ਦਿੱਲੀ ਤੇ ਲਾਹੌਰ ਨੂੰ ਟਕਰਾ ਦਿਆਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਚਨ ਕੀਤਾ ਸੀ ਚੰਦੂ ਕਹਿਣ ਲੱਗਾ ਭਾਈ ਪੁਰਾਣਾ ਜੀ ਕੋਲ ਖਲੋ ਕੇ ਕਹਿਣ ਲੱਗਾ ਵੀ ਇਹ ਕੀ ਕਹਿ ਰਿਹਾ ਸੀ ਕੱਲ ਕਹਿਣ ਲੱਗਾ ਹਾਂਜੀ ਕਰੋ ਤਾੜਨਾ ਇਹਨੂੰ ਵਿਸ਼ਾਲ ਤਾੜਨਾ ਕਰੋ ਇਹਨੂੰ ਜ਼ਿਆਦਾ ਦੁਖੀ ਕਰੋ ਕਹਿਣ ਲੱਗਾ ਹਾਂਜੀ ਡਰਪਾਵਤ ਮੋਹੇ ਅਚਰਜ ਦੇਬਾ ਮੈਨੂੰ ਡਰਾਉਣਾ ਚਾਹੁੰਦਾ ਕਹਿਣ ਲੱਗਾ ਮੈਨੂੰ ਮਾਰਦਾ ਏ ਹਾਂਜੀ ਛੁਟਬੇ ਕਾਰਨ ਕਰਤ ਫਰੇਬਾ ਤੇ ਗੁਰਮੁਖੋ ਛੁੱਟਣ ਕਰਕੇ ਕਹਿਣ ਲੱਗਾ ਫਰੇਬ ਕਰਦਾ ਹੈ ਹੁਣ ਮੈਂ ਥੋੜੀਆਂ ਜਿਹੀਆਂ ਗੱਲਾਂ ਵਿੱਚੋਂ ਛੱਡ ਰਿਹਾ ਉਹਦਾ ਕਾਰਨ ਇਹ ਹੈ ਉਹਨੇ ਗੁਰੂ ਸਾਹਿਬ ਕੋਲੋਂ ਪਹੁੰਚਣਾ ਤੇ ਵਾਰ ਵਾਰ ਉਹੋ ਹੀ ਸਵਾਲ ਦੁਹਰਾਉਣੇ ਜੀ ਆਇਆ ਸਤਿਗੁਰੂ ਦੇ ਕੋਲ ਸਿੱਖਾਂ ਨੂੰ ਡੰਡੇ ਮਰਵਾਏ ਜੀ ਸਤਿਗੁਰੂ ਗੁਰੂ ਅਰਜਨ ਸਾਹਿਬ ਕੋਲ ਆ ਗਿਆ ਪਾਪੀ ਗੱਜ ਕੇ ਆਖੋ ਵਾਹਿਗੁਰੂ ਮਹਾਰਾਜ ਨੂੰ ਆ ਕੇ ਉਹ ਹੀ ਕਸੇ ਪਿੱਟੇ ਪਹਿਲੇ ਵਾਲੇ ਸਵਾਲ ਬੋਲਦਾ ਗੁਰੂ ਸਾਹਿਬ ਜਵਾਬ ਨਹੀਂ ਦੇ ਰਹੇ ਜੀ ਕਹਿਣ ਲੱਗਾ ਕੁਛ ਤੇ ਬੋਲੋ ਸਤਿਗੁਰੂ ਕਹਿਣ ਲੱਗੇ ਤਿੰਨ ਦਿਨ ਹੋ ਗਏ ਤੈਨੂੰ ਜਵਾਬ ਦਿੰਦਿਆਂ ਕਹਿਣ ਲੱਗੇ ਹਾਂਜੀ ਮਹਾਰਾਜ ਕੁਛ ਨਹੀਂ ਬੋਲੇ ਤਪਦੇ ਹੋਏ ਨੇ ਅਗਲਾ ਤਸੀਹਾ ਦੇਣ ਦਾ ਯਤਨ ਕੀਤਾ ਉਹ ਕਹਿ ਕੇ ਖਿਮਾ ਮੰਗ ਲੈਣੀ ਹੈ ਹਾਂਜੀ ਵਿਧਵਾ ਲਖੋ ਸੁਤਾ ਪਸ਼ਚਾਤੀ ਕਹਿਣ ਲੱਗਾ ਗੱਲ ਹੀ ਕੋਈ ਨਹੀਂ ਕਹਿਣ ਲੱਗਾ ਜੇ ਤੁਸੀਂ ਰਿਸ਼ਤਾ ਨਹੀਂ ਨਾ ਮੰਨਣਾ ਤੁਹਾਡੇ ਤੋਂ ਬਾਅਦ ਤੁਹਾਡੇ ਪੁੱਤਰ ਦੇ ਦੁਆਲੇ ਹੋਵਾਂਗਾ ਤੇ ਆਪਣੀ ਧੀ ਨੂੰ ਵਿਧਵਾ ਬਣਾ ਕੇ ਰੱਖਾਂਗਾ ਕਹਿਣ ਲੱਗਾ ਪਰ ਹੁਣ ਕਰਾਂਗਾ ਉਹ ਜੇ ਜਿਹੜੀ ਮੇਰੀ ਮਨ ਆਈ ਹੈ ਹਾਂਜੀ ਇਮ ਕਹਿ ਪਾਠ ਵਿਖੇ ਤੇ ਬਾਰੂ ਤੇ ਗੁਰਮੁਖੋ ਇਹ ਕਹਿ ਕੇ ਭੱਠੀ ਤੋਂ ਤਪਦੀ ਹੋਈ ਰੇਤਾ ਮੰਗਾਈ ਦੀ ਉਹਨੇ ਵਾਹਿਗੁਰੂ ਪਹਿਲਾਂ ਰੇਤਾ ਮੰਗਾਈ ਸੋਰੀ ਹਾਂਜੀ ਮੰਗਵਾਇਸ ਤਹਿ ਕਰਤ ਨਿਹਾਰੂ ਤੇ ਰੇਤਾ ਵੇਖੀ ਜੀ ਖੁੱਲੀ ਰੇਤਾ ਮੰਗਾਈ ਖੁੱਲੀ ਰੇਤਾ ਜੀ ਹਾਂਜੀ ਤਪਤ ਕਰਨ ਕੀ ਆਇਸ ਦਈ ਤੇ ਗੁਰਮੁਖੋ ਫਿਰ ਉਹਨੇ ਰੇਤਾ ਤਪਾਉਣ ਵਾਸਤੇ ਹੁਕਮ ਕੀਤਾ ਦੀ ਆਗਿਆ ਦਿੱਤੀ ਕਹਿੰਦੇ ਭੱਠੇ ਵਾਲੇ ਨੂੰ ਸੱਦਿਆ ਤੂੰ ਇਹ ਕੰਮ ਕਰਨਾ ਤੂੰ ਇਸ ਕੰਮ 'ਚ ਐਕਸਪਰਟ ਹੈ ਉਸ ਭੱਠੇ ਵਾਲੇ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਜੀ ਉਹ ਕਹਿਣ ਲੱਗਾ ਇਹ ਤੇ ਉਹੋ ਹੀ ਨੇ ਕੁਝ ਚਿਰ ਪਹਿਲਾਂ ਜਦੋਂ ਲਾਹੌਰ 'ਚ ਕਾਲ ਪੈ ਗਿਆ ਸੀ ਇਹਨਾਂ ਹੀ 'ਤੇ ਆ ਕੇ ਸਾਨੂੰ ਲੰਗਰ ਛਕਾਇਆ ਸੀ ਕਹਿਣ ਲੱਗਾ ਅਤੇ ਮੈਂ ਇਹਨਾਂ ਦੇ ਸਰੀਰ ਉੱਤੇ ਆਹ ਤਪਦੀ ਰੇਤਾ ਤਪਾ ਕੇ ਨਹੀਂ ਪਾਉਣੀ ਅਤੇ ਚੰਦੂ ਨੇ ਕਿਹਾ ਸੀ ਹੁਣ ਪਵਾਵਾਂਗਾ ਵੀ ਤੇਰੇ ਕੋਲੋਂ ਹੀ ਕਹਿਣ ਲੱਗਾ ਤੂੰ ਨਾ ਕੀਤੀ ਨਾ ਇਹਦੇ 'ਚ ਮੇਰੀ ਹੇਠੀ ਪਵਾਵਾਂਗਾ ਵੀ ਤੇਰੇ ਕੋਲੋਂ ਅਤੇ ਜੇ ਤੂੰ ਨਾ ਪਾਈ ਤਾਂ ਤੇਰੇ ਸਾਰੇ ਟੱਬਰ ਨੂੰ ਮਾਰਾਂਗਾ ਕਹਿਣ ਲੱਗਾ ਪਰਿਵਾਰ ਨੂੰ ਮਾਰਾਂਗਾ ਡਰਦੇ ਡਰਦੇ ਨੇ ਰੇਤਾ ਗਰਮ ਕੀਤੀ ਅੰਦਰੋਂ ਉਹ ਵੀ ਮੁਆਫੀਆਂ ਮੰਗੇ ਸਤਿਗੁਰੂ ਮੈਨੂੰ ਮਾਫ਼ ਕਰ ਦਿਓ ਮੈਨੂੰ ਪਰਿਵਾਰ ਬਚਾਉਣ ਵਾਸਤੇ ਉਹ ਅਜੇ ਮੁਸਲਮਾਨ ਸੀਗਾ ਜੀ ਬੰਦਾ ਜੀ ਮੈਨੂੰ ਪਰਿਵਾਰ ਬਚਾਉਣ ਵਾਸਤੇ ਕੰਮ ਕਰਨਾ ਕਹਿ ਪੈ ਰਿਹਾ ਹਾਂਜੀ ਬਹੁਤ ਸਮਦਾ ਉੱਪਰ ਤਿਸ ਪਈ ਹਾਂਜੀ ਦੇ ਦੇ ਆਂਚ ਤਪਤ ਕਰਵਾਇਆ ਅੱਗ ਥੱਲੇ ਡਾ ਡਾ ਕੇ ਡਾ ਡਾ ਕੇ ਦੁਸ਼ਟ ਆਪਣੀ ਉਸ ਹਵੇਲੀ ਦੇ ਵਿੱਚ ਰੇਤਾ ਨੂੰ ਤਪਾ ਰਿਹਾ ਹੈ ਹਾਂਜੀ ਅਗਨ ਸਮਾਨ ਤੇਜ ਪ੍ਰਸ਼ਵਾਯੋ ਤੇ ਗੁਰਮੁਖੋ ਅੱਗ ਵਰਗੀ ਹੋ ਗਈ ਜੀ ਰੇਤ ਗੱਜ ਕੇ ਆਖੋ ਵਾਹਿਗੁਰੂ ਰੇਤ ਤੇ ਵੈਸੇ ਗਰਮ ਹੋ ਜਾਏ ਇਹ ਤੇ ਧੁੱਪ ਨਾਲ ਹੀ ਗਰਮ ਹੋ ਜਾਂਦੀ ਜੀ ਕਿਤੇ ਨੰਗੇ ਪੈਰ ਚੱਲਣਾ ਪਵੇ ਹਾਂ ਰੇਤ ਤੇ ਧੁੱਪ ਨਾਲ ਗਰਮ ਹੋ ਜਾਂਦੀ ਤੇ ਥੱਲੇ ਅੱਗ ਲੱਗੀ ਉਹਦਾ ਕੀ ਬਣਦਾ ਹੋਏਗਾ ਜੀ ਹਾਂਜੀ ਇੱਕ ਜੇਸਠ ਕੀ ਰੁੱਤ ਅਤ ਘਾਮ ਭਾਈ ਸੰਤੋਖ ਸਿੰਘ ਜੀ ਲਿਖਦੇ ਇੱਕ ਜੇਠ ਦਾ ਮਹੀਨਾ ਉੱਤੋਂ ਗਰਮੀ ਦੀ ਰੁੱਤ ਹਾਂਜੀ ਮਹਾ ਤਪਤ ਤੇ ਤਪੈ ਤਮਾਮ ਤੇ ਇੱਕ ਲਾਗੇ ਅੱਗ ਬਲ ਰਹੀ ਹੈ
ਇੱਕ ਤਪ ਦੀ ਰੇਤਾ ਹੈ। ਹਾਂਜੀ ਲੋਵਾਂ ਚੱਲ ਹੈ ਸਹੀ ਨਾ ਜਾਏ, ਇਹੋ ਜਿਹੀਆਂ ਗਰਮ ਹਵਾਵਾਂ ਦੁਪਹਿਰ ਦੇ ਸਮੇਂ ਚੱਲਦੀਆਂ ਜਿਹੜੀਆਂ ਸਹੀਆਂ ਨਹੀਂ ਜਾ ਰਹੀਆਂ। ਹਾਂਜੀ ਪੁੰਨ ਪਾਵਕ ਕੋ ਭਾ ਬਹੁਦਾਏ, ਹਾਂਜੀ ਜਿਸ ਦਿਨ ਤੇ ਪਰਵੇਸ਼ਨ ਗੁਣ ਖਾਨੀ, ਉਤਰੋਂ ਜਿਸ ਦਿਨ ਦੇ ਗੁਰੂ ਸਾਹਿਬ ਇਹਦੀ ਹਵੇਲੀ ਚ ਆਏ ਨੇ। ਹਾਂਜੀ ਅਚਿਓਨ ਭੋਜਨ ਵਿਖਿਓ ਨਾ ਪਾਣੀ, ਕਹਿਣ ਲੱਗਾ ਉਤਰੋਂ ਨਾ ਭੋਜਨ ਛਕਿਆ ਨਾ ਜਲ ਛਕਿਆ, ਗਰਮੀ ਤੇ ਪੂਰੀ ਬਣੀ ਹੋਈ ਹੈ। ਗੱਜ ਕੇ ਆਖੋ ਵਾਹਿਗੁਰੂ। ਆ ਮੈਨੂੰ ਹੀ ਗੁਰਮੁਖ ਦੱਸ ਰਹੇ ਸਨ, ਉਹ ਕਹਿਣ ਲੱਗੇ ਗਰਮੀਆਂ ਆ ਗਈਆਂ, 2 ਤੋਂ 3 ਲੀਟਰ ਪਾਣੀ ਤੂੰ ਜ਼ਰੂਰ ਪੀਣਾ। ਕਹਿਣ ਲੱਗੇ ਜੇ ਨਾ ਪੀਏਗਾ ਤੇ ਅੰਦਰ ਗਰਮੀ ਹੋ ਜਾਏਗੀ। ਇੱਕ ਦਿਨ ਦਾ ਦੱਸਿਆ ਜੀ, ਉੱਤੋਂ ਕਈ ਦਿਨ ਹੋ ਗਏ ਨਾ ਅੰਨ ਨਾ ਜਲ। ਹਾਂਜੀ ਸਿਕਤਾ ਤਪਤ ਬਿਲੋਕਤ ਬੋਲਾ, ਐ ਜਦੋਂ ਰੇਤਾ ਤਪ ਗਈ ਕਹਿਣ ਲੱਗਾ ਪਰਾ ਕਰੋ। ਹਾਂ ਢੱਕਣ ਕਹਿਣ ਲੱਗਾ, ਇੱਕ ਜਣੇ ਨੇ ਢੱਕਣ ਪਰਾਂ ਕੀਤਾ ਜੀ। ਹਾਂਜੀ ਮਨੋ ਨਰਕ ਦਰ ਢਾਪਨ, ਭਾਈ ਸੰਤੋਖ ਸਿੰਘ ਜੀ ਕਹਿੰਦੇ ਰੇਤ ਤੋਂ ਢੱਕਣ ਨੀ ਪਰਾਂ ਕੀਤਾ ਗਿਆ। ਕਹਿਣ ਲੱਗੇ ਸੰਗਤ ਜੀ ਇਹ ਨਰਕਾਂ ਦਾ ਢੱਕਣ ਖੁੱਲਿਆ। ਕਹਿਣ ਲੱਗੇ ਰੱਜ ਕੇ ਆਖੋ ਵਾਹਿਗੁਰੂ, ਇਹਦਾ ਇੰਨਾ ਬੁਰਾ ਹਾਲ ਹੋਣਾ। ਕਹਿਣ ਲੱਗੇ ਕਿਉਂ, ਜਿਹੜੀ ਚੀਜ਼ ਛੇਤੀ ਗਰਮ ਕਰਨੀ ਹੋਵੇ ਉਹ ਤਾਂ ਢੱਕ ਦੇਈਦੀ ਜੀ। ਹਾਂਜੀ ਲਿਆਇਓ ਵਹਿਰ ਦਿਖਾਏ ਬਿਠਾਇਓ, ਤੇ ਗੁਰਮੁਖੋ ਇੱਥੇ ਫਿਰ ਮੈਂ ਬੇਨਤੀ ਕਰਾਂਗਾ। ਕੁਝ ਮਹਾਤਮਾਵਾਂ ਨੇ ਇਹ ਵੀ ਦੱਸਿਆ ਵੀ ਰੇਤਾ ਥੱਲੇ ਵੀ ਵਛਾਈ ਗਈ ਸੀਗੀ ਜੀ, ਥੱਲੇ ਵੀ ਰੇਤਾ ਵਛਾਈ ਸੀ ਵੀ ਥੱਲੇ ਤਪਦੀ ਰੇਤਾ 'ਤੇ ਬਿਠਾਉਣਾ ਅਤੇ ਤਪਦੀ ਸੀਸ 'ਤੇ ਪਾਉਣੀ ਜੀ। ਕਹਿਣ ਲੱਗਾ ਲਿਆਓ ਬਾਹਰ ਅਤੇ ਇਹਨਾਂ ਨੂੰ ਵਿਖਾਓ ਸਾਰਾ ਕੁਛ। ਹਾਂਜੀ ਮਨੋ ਨਰਕ ਦਰ ਢਾਪਨ ਖੋਲਾ, ਹਾਂਜੀ ਨਹਿ ਜੇ ਕਰੇ ਤ੍ਰਾਸ ਉਪਜਾਵੋ, ਹਾਂਜੀ ਤਬ ਸਤਿਗੁਰੂ ਉੱਠ ਬਾਹਰ ਆਏ, ਤੇ ਸੱਚੇ ਪਾਤਸ਼ਾਹ ਫਿਰ ਆਪੇ ਹੀ ਉੱਠ ਕੇ ਬਾਹਰ ਆਏ ਜੀ, ਆਪੇ ਜੀ। ਹਾਂਜੀ ਧਰਨੀ ਧਰਨੀ ਧੀਰ ਸਿਖਾਏ, ਐ ਸੱਚੇ ਪਾਤਸ਼ਾਹ ਕਹਿੰਦੇ ਧਰਤੀ ਦੇ ਜਿਵੇਂ ਧੀਰਜ ਹੈ ਨਾ ਉਹ ਤੋਂ ਵੱਧ ਗੁਰੂ ਸਾਹਿਬ ਵਿੱਚ ਧੀਰਜ ਹੈ। ਹਾਂਜੀ ਹਰਖ ਸ਼ੋਗ ਕੋ ਲੇਸ਼ ਨਾ ਹਿਰਦੈ, ਜਿਨ੍ਹਾਂ ਦੇ ਅੰਦਰ ਨਾ ਹਰਖ ਹੈ ਨਾ ਸ਼ੋਗ ਹੈ। ਹਾਂਜੀ ਤਨ ਹੰਤਾ ਉਤ ਪੁੱਤ ਨਹਿ ਕਦੇ, ਤੇ ਨਾ ਤਨ ਹੰਤਾ ਹੈ। ਔਰ ਨਾਲ ਹੀ ਸਾਧ ਸੰਗਤ ਜੀ ਇੱਕ ਹੋਰ ਬਚਨ ਸੁਣੋ, ਜਸ ਅਵਸਥਾ, ਜਸ ਅਵਸਥਾ ਹੋਏ ਬ੍ਰਹਮ, ਜਿਵੇਂ ਬ੍ਰਹਮ ਗਿਆਨੀਆਂ ਦੀ ਅਵਸਥਾ ਹੈ। ਅੱਜ ਤੱਕ ਲੋਕ ਸੁਣਦੇ ਹੀ ਰਹੇ ਇਸ ਗੱਲ ਨੂੰ, ਗੱਜ ਕੇ ਆਖੋ ਵਾਹਿਗੁਰੂ। ਨਾ ਹਰਖ ਹੈ ਨਾ ਸ਼ੋਗ ਹੈ, ਨਾ ਖੁਸ਼ੀ ਹੈ ਨਾ ਗਮੀ ਹੈ। ਹਾਂਜੀ ਜਿਵੇਂ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ ਨਾ ਜੀ। ਹਾਂਜੀ ਜਗ ਮਹਿ ਜਨ ਜਨਾਏ ਵਿਦਮਾਨੀ, ਤੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਉਹ ਅਵਸਥਾ ਤਨ ਤੇ ਲਿਆ ਕੇ ਵਿਖਾ ਰਹੇ ਨੇ ਦੁਨੀਆਂ ਦੇ ਲੋਕੋ। ਬ੍ਰਹਮ ਗਿਆਨੀ ਇਸ ਤਰ੍ਹਾਂ ਦਾ ਹੁੰਦਾ ਜੇ, ਇਸ ਤਰ੍ਹਾਂ ਦਾ ਹੁੰਦਾ ਬ੍ਰਹਮ ਗਿਆਨੀ ਆ ਅਵਸਥਾ ਚ ਬ੍ਰਹਮ ਗਿਆਨੀ ਦੀ। ਹਾਂਜੀ ਊਖ ਨਾ ਪਿਆਸ ਨਾ ਮੁਖ ਮੁਰਝਾਇਆ, ਹਾਂਜੀ ਮਨ ਕੀ ਬ੍ਰਿਤ ਇੱਕ ਰਸ ਸੁਖ ਪਾਇਆ, ਤੇ ਨਾ ਭੁੱਖ ਹੈ ਨਾ ਪਿਆਸ ਹੈ, ਇੱਕ ਰਸ ਅੰਦਰ ਦੀ ਅਵਸਥਾ ਹੈ। ਇੱਥੇ ਫਿਰ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦੱਸਦੇ ਨੇ, ਆਖਣ ਲੱਗਾ ਬਹਿ ਜਾਓ ਫਿਰ ਤਪਦੀ ਰੇਤਾ 'ਤੇ। ਸਤਿਗੁਰੂ ਆਪੇ ਹੀ ਉੱਠੇ ਬੈਠ ਗਏ, ਸਿਰ 'ਤੇ ਉਸ ਦਿਨ ਦਸਤਾਰਾ ਨਹੀਂ ਸੀ ਰਹਿਣ ਦਿੱਤਾ ਜੀ। ਮਹਾਰਾਜ ਨੇ ਕਿਹਾ ਤੂੰ ਜੋ ਕਰਨਾ ਕਰ ਲਾ। ਕਹਿਣ ਲੱਗੇ ਦਸਤਾਰਾ ਵੀ ਉਤਾਰ ਦਿੱਤਾ, ਅਤੇ ਗੁਰਮੁਖੋ ਮਾਫ ਕਰਿਓ ਸਾਰੇ ਬੋਲ ਬੋਲਣ ਨੂੰ ਜੀ ਨਹੀਂ ਕਰਦਾ, ਪਰ ਤਪਦੀ ਹੋਈ ਰੀਤ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਸੀਸ ਵਿੱਚ ਪਾਈ ਜੀ ਉਹਨੇ ਜੀ। ਹਾਂਜੀ ਫਿਰ ਮੋਢਿਆਂ 'ਤੇ ਸਾਰੇ ਸਰੀਰ 'ਤੇ ਲਗਭਗ ਇਹ ਲਾਗੇ ਖਲੋਤਾ ਵੇਖਦਾ ਰਿਹਾ ਜੀ ਭਾਈ ਸੰਤੋਖ ਸਿੰਘ, ਕਿਉਂਕਿ ਸਮਾਂ ਹੋ ਗਿਆ। ਭਾਈ ਸੰਤੋਖ ਸਿੰਘ ਜੀ ਗੱਲ ਦੱਸਦੇ, ਕਹਿਣ ਲੱਗੇ 2 ਪਹਿਰ ਦਾ ਸਮਾਂ ਸੀ ਅੱਜ ਦਾ ਜੀ, ਲਗਭਗ 6 ਘੰਟੇ ਸੱਚੇ ਪਾਤਸ਼ਾਹ ਰੇਤਾ 'ਤੇ ਬੈਠੇ ਰਹੇ ਅਤੇ ਤਪਦੀ ਰੇਤਾ ਹੀ ਉੱਤੇ ਪੈਂਦੀ ਰਹੇ ਜੀ। ਰੱਜ ਕੇ ਆਖੋ ਵਾਹਿਗੁਰੂ। ਭਾਈ ਲੰਗਾਹ ਜੀ ਅਤੇ ਭਾਈ ਪੈੜਾ ਜੀ ਅੱਜ ਉੱਠੇ, ਅੱਜ ਉਹਨਾਂ ਕੋਲੋਂ ਰਿਹਾ ਨਾ ਗਿਆ। ਉਹ ਕਹਿੰਦੇ ਛੇਤੀ ਨਾਲ ਉੱਠ ਕੇ ਉਹਨਾਂ ਹੱਥ ਅੱਗੇ ਕਰ ਲਏ ਜੀ ਵੀ ਗੁਰੂ ਸਾਹਿਬ ਦੇ ਸੀਸ ਉੱਤੇ ਰੇਤਾ ਨਾ ਪਏ, ਸਾਡੇ ਉੱਤੇ ਪਾ ਦਿਓ। ਹਾਂਜੀ ਅਤੇ ਭਾਈ ਪੈੜਾ ਜੀ ਕਹਿਣ ਲੱਗੇ ਮਹਾਰਾਜ ਤੁਹਾਡੇ ਕਰਕੇ ਜੇ ਸਾਡਾ ਸਰੀਰ ਛੱਡਿਆ ਜਾਏ ਤਾਂ ਅਸੀਂ ਧੰਨ ਪਾ ਕੇ ਸਮਝਾਂਗੇ,
ਮਹਾਰਾਜ ਕਹਿੰਦੇ ਸਨ ਕਾਲ ਨਾ ਕਰੋ ਸਰੀਰ ਸਾਡੇ ਕਰਕੇ ਹੀ ਛੱਡੋਗੇ ਕਹਿਣ ਲੱਗੇ। ਪਰ ਸਮਾਂ ਆਉਣ 'ਤੇ ਉਹ ਕਹਿਣ ਲੱਗੇ ਅਜੇ ਉਹ ਸਮਾਂ ਨਹੀਂ ਆਇਆ, ਅਜੇ ਵੇਖੋ ਜੋ ਹੋ ਰਿਹਾ ਕਹਿਣ ਲੱਗੇ, ਤੁਹਾਨੂੰ ਵਿਖਾਉਣ ਵਾਸਤੇ ਲੈ ਕੇ ਆਏ ਇੱਥੇ। ਹਾਂਜੀ, ਕਹਿੰਦੇ ਨੇ ਉਸ ਰਾਤ ਉਸ ਦਿਨ 'ਤੇ ਲਗਭਗ 6 ਘੰਟੇ ਰੇਤਾ ਪਿਆ ਨਾ ਜੀ ਗੁਰੂ ਜੀ ਉੱਤੇ ਜੀ, ਪਹਿਲਾਂ ਸੀਸ 'ਤੇ ਫਿਰ ਸਾਰੇ ਸਰੀਰ 'ਤੇ। ਹੁਣ ਉਹ ਰੇਤਾ ਜਿਹੜੇ ਛਾਲੇ ਹੋਏ ਉਹਨਾਂ ਦੇ ਵਿੱਚ ਧੱਸਦਾ ਜਾਂਦਾ ਜੀ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਉਹਨਾਂ ਦੇ ਵਿੱਚ ਧੱਸਦਾ ਜਾਂਦਾ ਜੀ ਸਾਰਾ ਕੁਛ। ਅਤੇ ਉਹਦੇ ਤੋਂ ਅੱਗੇ ਉਹ ਪਾਪੀ ਘਰ ਚਲੇ ਗਿਆ। ਉਸ ਰਾਤ ਗੁਪਤ ਰੂਹਾਂ ਗੁਰੂ ਸਾਹਿਬ ਦੇ ਕੋਲ ਆਈਆਂ ਜੀ, ਗੱਜ ਕੇ ਆਖੋ ਵਾਹਿਗੁਰੂ। ਸਤਿਗੁਰੂ ਜਗਤ ਦੇ ਮਾਲਕ ਹੋ, ਚਾਹੋ ਇੱਕ ਖਿੰਨ 'ਚ ਜਗਤ ਬਣਾ ਦਿਓ, ਇੱਕ ਖਿੰਨ 'ਚ ਜਗਤ ਤਬਾਹ ਕਰ ਦਿਓ। ਅਤੇ ਸੱਚੇ ਪਾਤਸ਼ਾਹ ਆਹ ਕੈਸਾ ਸਮਾਂ ਵਰਤਾਤਾ, ਮਹਾਰਾਜ ਸਾਨੂੰ ਕੰਮ ਕਰੋ ਜੇ ਤੁਸੀਂ ਨਹੀਂ ਕੁਛ ਕਰਨਾ। ਤੇ ਮਹਾਰਾਜ ਕਹਿੰਦੇ ਕੁਛ ਨਹੀਂ ਕਰਨਾ, ਬਸ ਵੇਖੋ ਕਹਿਣ ਲੱਗੇ, ਜੋ ਹੁੰਦਾ ਬਸ ਵੇਖਣਾ ਹੀ ਹੈ, ਕਰਨਾ ਕੁਛ ਨਹੀਂ। ਹਾਂਜੀ, ਹੁਣ ਉਹ ਗੁਪਤ ਰੂਹਾਂ ਵੀ ਚਲੇ ਗਈਆਂ। ਕਹਿੰਦੇ ਦੇਵਤੇ ਆਏ, ਉਹਨਾਂ ਬੇਨਤੀਆਂ ਕੀਤੀਆਂ, ਮਹਾਰਾਜ ਸਾਨੂੰ ਹੀ ਹੁਕਮ ਕਰ ਦਿਓ। ਮਹਾਰਾਜ ਕਹਿੰਦੇ ਬਿਲਕੁਲ ਨਹੀਂ। ਹਾਂਜੀ, ਸਾਡੇ ਵਰਗੇ ਕਹਿੰਦੇ ਵੀ ਕੋਈ ਸਾਡੀ ਗੱਲ ਮੰਨੇ ਤਾਂ ਅਸੀਂ ਮਨਾਈਏ, ਅਤੇ ਸਾਰਾ ਜੋ ਵੇਖਦਾ ਜੋ ਨਹੀਂ ਵੇਖਦਾ ਸਾਰੇ ਹੱਥ ਜੋੜ ਜੋੜ ਕੇ ਖਲੋਤੇ, ਮਹਾਰਾਜ ਸਾਨੂੰ ਹੁਕਮ ਕਰ ਦਿਓ। ਅਤੇ ਸੱਚੇ ਪਾਤਸ਼ਾਹ ਕਹਿ ਕੁਛ ਨਹੀਂ ਰਹੇ। ਸਾਈਂ ਮੀਆਂ ਮੀਰ ਜੀ ਕਹਿੰਦੇ ਮਹਾਰਾਜ ਤਬਾਹ ਕਰਦਿਆਂ, ਅਤੇ ਮਹਾਰਾਜ ਕਹਿਣ ਲੱਗੇ, ਕਵੀ ਲਿਖਦਾ, ਮੀਆਂ ਮੀਰ ਨੂੰ ਹਿੰਦ ਦੇ ਪੀਰ ਕਹਿੰਦੇ ਇਹਨਾਂ ਗੁੱਸਾ ਫਕੀਰਾਂ ਨੂੰ ਚਾਹੀਦਾ ਨਹੀਂ। ਮਹਾਰਾਜ ਕਹਿੰਦੇ ਮੀਆਂ ਮੀਰ ਜੀ ਫਕੀਰ ਹੋ, ਇੰਨਾ ਗੁੱਸਾ ਕਹਿਣ ਲੱਗੇ, ਮੀਆਂ ਮੀਰ ਨੂੰ ਹਿੰਦ ਦੇ ਪੀਰ ਕਹਿੰਦੇ ਇਹਨਾਂ ਗੁੱਸਾ ਫਕੀਰਾਂ ਨੂੰ ਚਾਹੀਦਾ ਨਹੀਂ। ਓਏ ਜ਼ੁਲਮ ਇੱਕ ਅੱਧਾ ਜ਼ਾਲਮ ਕਰੇ ਪਿੱਛੋਂ ਮੁਲਕ ਨੂੰ ਕਦੇ ਸਤਾਈਦਾ ਨਹੀਂ। ਮਹਾਰਾਜ ਕਹਿਣ ਲੱਗੇ ਬਾਰ ਬਾਰ ਜਿਹੜਾ ਆਉਂਦਾ ਕਹਿਣ ਲੱਗਾ ਲਾਹੌਰ ਤਬਾਹ ਕਰ ਦਿਆਂਗੇ, ਜ਼ੁਲਮ ਇੱਕ ਅੱਧਾ ਕਰ ਰਿਹਾ ਹੈ, ਮੁਲਕ ਦਾ ਕੀ ਦੋਸ਼ ਹੈ ਕਹਿਣ ਲੱਗੇ, ਸ਼ਹਿਰ ਦਾ ਕੀ ਦੋਸ਼ ਹੈ, ਸਮਾਂ ਆਏਗਾ ਇਹਨੇ 'ਤੇ ਤਬਾਹ ਹੋਣਾ, ਤੁਸੀਂ ਵੇਖੋ ਕਹਿਣ ਲੱਗੇ। ਹੁਣ ਇਹਦੇ ਤੋਂ